गुरमुखी शास्त्र सिमृत वेद, गुरमुखी शास्त्र सिमृत वेद, ये जिहड़े शास्त्र सिमृत वेद ने यह गुरमुखी बुद्धि के बिचे समाए हुए होंगे ने। ये थले की गल है, शास्त्र सिमृत वेद जिहड़े ने ना, शास्त्र सिमृता दा जिहड़ा ज्ञान है, शास्त्र की है, शास्त्रां दा ज्ञान है संसारी राज करना, शासन करना। ये थले का ज्ञान है, गुरमुखी बुद्धि उदो उपर है। सिमृति वेद इन्हों का जोड़ा ज्ञान है, ये तो गुरमुखी बुद्धि के बिचे समाया होया, उदे वास्ते कोई गल नहीं। उन्हें तो सोते ने सिमृत शास्त्र सगल, ताही तो सोते। सिमृत शास्त्र जोड़े ने पुन पाप विचारते सी, तत् ज्ञान इन्हें है नहीं, गुरमुखी ने बुद्धि ने ही दसिया है, होर किने दसिया है। ਇਹ ਤਾਂ ਉਹਨਾਂ ਦੀਆਂ ਕਮੀਆਂ ਦੱਸੀਆਂ ਨੇ ਸਮਾਂ। ਜਿਹੜਾ ਕਿਸੇ ਗਿਆਨ ਦੀ ਕਮੀ ਦੱਸਦਾ ਉਹਦੇ ਨਾਲ ਉੱਚਾ ਗਿਆਨ ਹੁੰਦਾ। ਉਹ ਸਿਮਰਤ ਸ਼ਾਸਤਰ ਜਿਹੜੇ ਨੇ ਉਹਨਾਂ ਦਾ ਗਿਆਨ ਵੇਦ ਦਾ ਮਤਲਬ ਗਿਆਨ ਹੈ। ਇੱਥੇ ਸਿਮਰਤ ਸ਼ਾਸਤਰ ਜਿਹੜੇ ਨੇ ਉਹਨਾਂ ਦਾ ਜਿਹੜਾ ਗਿਆਨ ਹੈ ਵੇਦ, ਇਹ ਗੁਰਮੁਖੀ ਬੁੱਧੀ ਦੇ ਵਿੱਚੇ ਸਮਾਇਆ ਹੋਇਆ ਹੁੰਦਾ। ਜਿਵੇਂ ਜੇ ਕੋਈ ਦਸਵੀਂ ਪਾਸ ਕਰ ਲਵੇ, ਥੱਲੇ ਦੀਆਂ ਨੌ ਜਮਾਤਾਂ ਉਹਦੇ ਵਿੱਚੇ ਸਮਾਈਆਂ ਹੋਈਆਂ ਹੁੰਦੀਆਂ ਨੇ। ਜੇ ਕੋਈ ਐੱਮ ਏ ਕਰ ਲਵੇ ਤਾਂ ਉਦੋਂ ਥੱਲੇ ਦੀਆਂ ਜਮਾਤਾਂ ਸਾਰੀਆਂ ਦਾ ਉਹਨੂੰ ਗਿਆਨ ਹੁੰਦਾ ਹੀ ਹੈ। ਇਹ ਥੱਲੇ ਦੀਆਂ ਕਲਾਸਾਂ ਨੇ ਸਿਮਰਤ ਸ਼ਾਸਤਰ ਵਾਲੀਆਂ। ਇਹ ਜਿਹੜੇ ਸੁਰ ਨਰ ਮੁਨ ਜਨ ਸੀ, ਇਹ ਕੀ ਕਰਦੇ ਸੀ? ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਰਹੇ। ਗੁਰੂ ਅਮਰਦਾਸ ਜੀ ਲਿਖ ਰਹੇ ਨੇ ਬੜੀ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਉਹ ਵੀ ਖੋਜਦੇ ਸੀ ਅੰਮ੍ਰਿਤ। ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਅੰਮ੍ਰਿਤ ਮੈਂ ਪਾ ਲਿਆ। ਉਹਨਾਂ ਨੇ ਪਾਇਆ ਨਹੀਂ ਸੀ, ਮੈਂ ਪਾ ਲਿਆ। ਅਤੇ ਉੱਥੋਂ ਫਿਰ ਨੰਕਾ ਹੀ ਆਇਆ ਨਾ, ਉਹ ਤਾਂ ਪਾਠ ਨੰਗੇ ਆਇਆ। ਤਾਂ ਇੱਕ ਨੇ ਵਸਤੂ ਪ੍ਰਾਪਤ ਕਰ ਲਈ, ਇੱਕ ਨੂੰ ਹੋਈ ਨਹੀਂ। ਗੁਰਮੁਖੀ ਉਹਨੂੰ ਕਹਿੰਦੇ ਨੇ ਜਿਹਨੂੰ ਅੰਮ੍ਰਿਤ ਪਾ ਲਿਆ। ਸੁਰਨਾ ਮੁਣ ਜਾਣ ਉਹ ਨਾ ਜਿਹਨਾਂ ਨੂੰ ਅਜੇ ਅੰਮ੍ਰਿਤ ਮਿਲਿਆ ਨਹੀਂ, ਖੋਜਦੇ। ਅਤੇ ਫਿਰ ਉਹ ਤਾਂ ਥੱਲੇ ਦੀ ਅਵਸਥਾ ਹੋਈ ਨਾ। ਆਹੀ ਮਤਲਬ ਹੈ ਇਸ ਭਗਤੀ ਦਾ। ਉਹ ਗਿਆਨ ਉਹਦੋਂ ਅੱਗੇ ਖੜੀ ਹੈ ਗੁਰਮੁਖੀ ਬੁੱਧੀ। ਜਿਸ ਵਕਤ ਕਬੀਰ ਉੱਤੇ ਜਾਂਦਾ ਹੈ ਉਤਲੀ ਅਵਸਥਾ ਦੇ ਵਿੱਚ, ਫਿਰ ਉਹ ਕਹਿੰਦਾ ਜਿਹਨਾਂ 'ਤੇ ਸ਼ਰਧਾ ਰੱਖਦਾ ਸੀ ਰਿਸ਼ੀਆਂ ਮੁਨੀਆਂ 'ਤੇ, ਜਿਹਨਾਂ ਦੇ ਚੇਲਿਆਂ ਨੂੰ ਗੁਰੂ ਬਣਾਇਆ ਸੀ, ਮਾਲਾ ਫੇਰਦਾ ਸੀ, ਫਿਰ ਕਹਿੰਦਾ ਕੌਣ ਮੁਨੀ ਜੋ ਮਨ ਕੋ ਮਾਰੇ। ਮੈਨੂੰ ਤਾਂ ਇੱਕ ਵੀ ਮੁਨੀ ਨਹੀਂ ਦਿੰਦਾ ਜਿਹਨੇ ਮਨ ਮਾਰਨ ਦੀ ਗੱਲ ਕੀਤੀ ਹੋਵੇ। ਮਨ ਤਾਂ ਮਰਿਆ ਨਹੀਂ ਕਿਸੇ ਦਾ, ਇਹਦਾ ਮਤਲਬ ਇਹ ਹੋਇਆ। ਆਪ ਹੀ ਕਿਹਾ ਨੇ ਮੁੰਡਿਆ ਕਿਉਂ ਨਾ ਬੋਇਓ, ਮੇਰਾ ਮਨ ਕਿਉਂ ਨਹੀਂ ਵਰਦਾ। ਵੀ ਰਿਸ਼ੀ ਮੁਨੀ ਫਿਰ ਕੀ ਕਰਦੇ ਰਹੇ ਜੇ ਮਨ ਨਹੀਂ ਮਾਰਿਆ ਉਹਨਾਂ ਨੇ? ਕੀ ਕਰਦੇ ਸੀ ਇਹ ਸਾਰੀ ਉਮਰ? ਜੰਗਲਾਂ 'ਚ ਵੀ ਰਹੇ, ਝੌਂਪੜੀਆਂ 'ਚ ਵੀ ਰਹੇ, ਮਨ ਮਾਰਿਆ ਹੀ ਨਹੀਂ, ਕਰਨ ਵਾਲਾ ਕੰਮ ਕੀਤਾ ਹੀ ਨਹੀਂ, ਫਿਰ ਕੀ ਕਰਦੇ ਰਹੇ? ਸਿਰਫ ਦੁਨਿਆਵੀ ਜਿਹੜੀ ਸੀ ਨਾ, ਦੁਨਿਆਵੀ ਵਡਿਆਈ, ਉਹਦੇ ਨਸ਼ੇ 'ਚ ਘੁੰਮਦੇ ਰਹੇ। ਦੁਨੀਆਂ ਦੀ ਵਡਿਆਈ, ਰਾਜੇ ਮਹਾਰਾਜੇ ਉਹਨਾਂ ਨੂੰ ਨਮਸਕਾਰ ਕਰਦੇ ਸੀ ਨਾ, ਉਸ ਨਸ਼ੇ 'ਚ ਘੁੰਮਦੇ ਰਹੇ, ਮਾਇਆ ਦੇ ਨਸ਼ੇ 'ਚ, ਹੰਕਾਰ 'ਚ ਘੁੰਮਦੇ ਰਹੇ। ਸਾਡੀ ਇੰਨੀ ਮਾਨਤਾ, ਔਰ ਬਹੁਤ ਬੜਾ ਨਸ਼ਾ ਹੈ ਦੁਨੀਆਂ ਦੀ ਵਡਿਆਈ ਦਾ। ਦੁਨੀਆਂ ਕਿਆ ਵਡਿਆਈਆਂ ਅੱਗੀ ਸੇਤੀ ਜਾਲ ਦਾ ਮਤਲਬ ਇਹੀ ਸੀ, ਇਹ ਬਹੁਤ ਬੜਾ ਨਸ਼ਾ ਹੈ, ਇਹ ਅਟਕਾ ਲੈਂਦਾ, ਅੰਮ੍ਰਿਤ ਤੱਕ ਨਹੀਂ ਪਹੁੰਚਣ ਦਿੰਦਾ। ਇਹ ਅੰਮ੍ਰਿਤ ਦੇ ਵਿੱਚ ਬਹੁਤ ਬੜਾ ਅੜਿੱਕਾ ਇਹੀ ਹੈ, ਇਹ ਤੀਜੇ ਨੰਬਰ ਦੀ ਖਾਈ ਹੈ, ਤੀਜੀ ਖਾਈ ਹੈ, ਤਿੰਨ ਖਾਈਆਂ ਨੇ, ਦੁਆਬਾਰ ਕੋਟ ਤੇ ਵਾਰ ਖਾਈ, ਕਿਉਂ ਲੀਜੈ ਗੜ ਬੱਕਾ ਭਾਈ। ਕਬੀਰ ਕਹਿੰਦਾ ਦੁਆਬਾਰ ਕੋਟ ਔਰ ਤੇਵਰ ਖਾਈ, ਉਹ ਕਿਲ੍ਹਾ ਫਤਿਹ ਕਰਨਾ ਅਸੀਂ, ਜਿਹਦੇ ਵਿੱਚ ਮਨ ਮਾਵਾਸੀ ਰਾਜਾ ਹੋਇਆ, ਮਨ ਆਕੀ ਹੋਇਆ ਰਾਜਾ ਬੈਠਾ ਹੈ, ਉਹ ਕਿਲ੍ਹੇ ਦੇ ਦੂਹਰਾ ਕੋਟ ਹੈ। ਹਰੇਕ ਕਿਲ੍ਹੇ ਇੱਕ ਕੋਟ ਹੁੰਦਾ, ਹਰ ਕਿਲ੍ਹੇ ਦੇ ਆਲੇ ਦੁਆਲੇ ਇੱਕੋ ਹੀ ਕੰਧ ਹੁੰਦੀ ਹੈ, ਦੀਵਾਰ ਹੁੰਦੀ ਹੈ, ਪਰ ਇਹਦੇ ਡਬਲ ਦੀਵਾਰ। ਦੁਆਬਾਰ ਕੋਟ ਔਰ ਤੇਵਰ ਖਾਈ, ਦੋ ਖਾਈਆਂ ਹੁੰਦੀਆਂ ਨੇ ਹਰੇਕ ਕਿਲ੍ਹੇ ਦੇ ਆਲੇ ਦੁਆਲੇ, ਉਹ ਖਾਈਆਂ ਦੀ ਮਿੱਟੀ ਪੱਟ ਕੇ ਵਿਚਾਲੀ ਦੀਵਾਰ ਬਣਾਈ ਹੁੰਦੀ। ਇੱਥੇ ਦੋ ਦੀਵਾਰਾਂ ਨੇ, ਤਿੰਨ ਖਾਈਆਂ,
संसार से ऐसा कला कोई नहीं है। दुआ बार कोट और तेवर खाई, इशारा किदे वाल है? पहला दा कोट है कूड़ दा, किब कूड़ है टुटा पाल। जेदी व्याख्या करिए तो बहुत टाइम लग जूगा, आप इशारे तो व्याख्या करनी है। आ जड़ा शरीर है ही बहुत बड़ा कोट है, इतों ही नहीं जा सकता अगे। ये कूड़ है शरीर, कूड़ राजा, कूड़ प्रजा, कूड़ संसार। आ जड़ा शरीर है यही कूड़ का कोट है, यही नहीं त्याग होता पहला तो। जे ये त्याग दे फिर एक भरम का कोट है अगे। टूटो आंडा भरम का बने पाया प्रगासा। वो जी अंतर आत्मा है, अंदरला शरीर है, वो जेडे कोट च करिया होया है, वह है भरम। पहला आ शरीर च वो आंडा ये बिच है, शरीर च है जो ब्रह्म अंडे सोई पिंडे, जो ब्रह्म अंडे बिच सी शरीर च है। दो बार कोट हो गए, ते बार खाई होगी। खाइया कि तीन कहड़िया ने, रजो तमो सतो। तमो गुण ते बुरे आदमी ते आदमी न्यूट्रल बन जूगा, ना बुरा ना भला। वो यह जहा हों जह जमया सी बाल बुद्ध। बाल बुद्ध के बाद अगली जब धर्म धारण करूंगा इतने आके फिर की बनूगा? बाल बुद्ध वाला होंगे रजो गुण च, रजो गुण वाले चाहे बुरा बना लो चाहे भला बना लो। भला भी बन सकता, बुरा भी बन सकता, धार्मिक भी बन सकता है, धर्म धर्म बल भी जा सकता, धर्म का विरोधी भी बन सकता, राक्षस भी बन सकता, देवता भी बन सकता। और जे देवता बन लगे है गुरसिखी धर्म धारण किया जन मानस से देवते की है करतना रागी बार। देवत्या में भी हंकार होंगे, जे ता जाता जाता धर्म की पौड़ी ते चढ़ लगे आ रजोगुण जा छड़ के सदोगुण की खाई चला गया, धर्म पढ़न लग गया, सदोगुण की भी खाई है। इतने भी कंपीटिशन है अगे ऋषिया मुनिया का, संतान का, साधा का, गुरुआ का कंपीटिशन है इतने भी। जे तो वह कंपीटिशन फस गया फिर तो गया, जे तो बाहर झाकता रहा मेरे को बड़ा कौन है फिर तो गया, जे अंदर झाकन लग गया फिर यह बच के रुक गया, फिर राह सदो गुण वाला है ही नहीं। फिर राह हो रहा है अंतरमुखी, राह हो गया बाहर मुखी रहा ही नहीं। जे तो बाहर मुखी देखता है फिर तो मंदिर बना बड़े बड़े, फलाने ने इन्ना बनाया सी मैं यह जहा बना, डेरा बना, चेले बहुते बना, मेरा पिछू नौ रहे। ये खाई च डेपया सदो गुण की खाई हो गई, खाई पुट ली आप ही फिर नहीं रिगड़ता। जेड़ा खाई नहीं पुटता, कबीर चेले बहु किए केसो किए नमीत, जिन्हें चेले बहुते किते ने केसो मित नहीं हो सकता वह कदे भी, उन्हें किता ही नहीं मित कदे केसो। जेड़ा बहुते बंदियां नू नाल जोड़ता है वह परमेश अपने मूल ना कदे जुड़े नहीं सकता। इसे करके कहा कहते साधु को मिलने जाइए संग ना लीजे कोई, पाछे पाओ नतीजी आगे होए सो होए। तुसी फौज लैके चलोगे उन्होंने बेसला होगा गां जाने की, तुसी पहले ही छड़ दो उन्होंने। भगतां ने गल संसार नू दसी है, संसार नाल जुड़े नहीं हन, संसार नू दसी है परमेश्वर ने कहा बोलो बोल पे दसाई है उन्होंने, उन्होंने कहा तुसी दसो। जैसी मैं आवे खसम की बाणी तैसरा कणी ज्ञान वे ला लो, ज्ञान किया उन्होंने, उन्होंने नहीं कहा साढ़े ना कोई जुड़ो या ना जुड़ो या साड़ी गल कोई मनो या ना मनो। कल दसती भी गल आया जिन्हें निकलना निकल जाओ, जिन्हें नहीं निकलना ना निकलो, आ मोरी हैगी है इस तरीके ना निकले जाओ जमदे जाल चू, जे किसी ने निकलना निकल जाओ।
ਜਿਹਦਾ ਜੀ ਲੱਗਿਆ ਹੋਇਆ ਅੰਦਰ ਠੀਕ ਹੈ ਵਧੀਆ ਜਿਹੜੇ ਬਹੁਤੇ ਚੇਲੇ ਬਣਾਉਂਦੇ ਨੇ ਉਹ ਖਾਈ ਡਿੱਪੇ ਖਾਈ ਚ ਡਿੱਗੇ ਹੋਏ ਨੇ ਸਾਡੇ ਵੀ ਸੰਸਥਾਵਾਂ ਸੰਸਥਾ ਜਿਹੜੀਆਂ ਬਣਾਉਂਦੇ ਨੇ ਨਾਲ ਜੋੜਦੇ ਨੇ ਬੰਦੇ ਉਹ ਸਾਰੇ ਖਾਈ ਚ ਡਿੱਪਣਗੇ ਡਿੱਗੇ ਹੋਏ ਨੇ ਖਾਈ ਚ ਨਿਕਲਣ ਦੀ ਕੋਸ਼ਿਸ਼ ਕੌਣ ਕਰ ਰਹੇ ਕਬੀਰ ਤਾਂ ਖੁਦ ਹੀ ਕਹਿ ਰਿਹਾ ਇੱਕ ਔਗਟ ਘਾਟੀ ਰਾਮ ਕੀ ਜੇ ਮਾਰਗ ਪੰਡਿਤ ਗਏ ਪੰਡਿਤ ਨੇ ਜਿਹੜਾ ਰਸਤਾ ਦੱਸਿਆ ਲੋਕਾਂ ਨੂੰ ਜੇ ਮਾਰਗ ਪੰਡਿਤ ਗਏ ਜਿਹੜੇ ਮਾਰਗ ਪੰਡਿਤ ਨੇ ਦੱਸਿਆ ਲੋਕਾਂ ਨੂੰ ਉਹ ਕਿਹੜਾ ਸੰਸਾਰੀ ਮਾਰਗ ਸੀ ਆਪਣੀ ਮਰਜ਼ੀ ਕਰੋ ਜੋ ਮਰਜ਼ੀ ਮੰਗੋ ਆਪ ਕਰੋ ਪੁੰਨ ਕਰਕੇ ਦਾਨ ਲੈ ਦਾਨ ਕਰ ਦਿਓ ਮਾਫ ਹੋ ਜਾਣਗੇ ਇਹ ਲੋਕਾਂ ਇਹ ਤਰੀਕਾ ਸੌਖਾ ਲੱਗਿਆ ਵਧੀਆ ਲੱਗਿਆ ਤਰੀਕਾ ਹੈ ਪਾਪ ਕਰਨ ਤੇ ਨਹੀਂ ਹਟਾਉਂਦਾ ਸਾਡੇ ਵਾਲਾ ਤਰੀਕਾ ਹੋਰ ਸੀ ਗੁਰਮਤ ਵਾਲਾ ਉਹਦੇ ਮਗਰ ਕੋਈ ਲੱਗਿਆ ਨਹੀਂ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਭੀੜ ਭੀੜ ਸਾਰੇ ਮਗਰ ਤੁਰ ਪਏ ਸਾਰੇ ਚੇਲੇ ਬਣ ਗਏ ਬਾਹਮਣ ਗੁਰੂ ਹੈ ਜਗਤ ਕਾ ਸਾਰੇ ਸੰਸਾਰ ਨੇ ਗੁਰੂ ਮੰਨ ਲਿਆ ਬਾਹਮਣ ਹੁਣ ਵੀ ਪਖੰਡਵਾਦ ਮਗਰ ਲੋਕ ਲੱਗਦੇ ਨੇ ਜੇ ਗੁਰਦੁਆਰਿਆਂ ਮਗਰ ਵਿੱਚ ਗੁਰਦੁਆਰਿਆਂ 'ਚ ਤੁਸੀਂ ਗੁਰਮਤ ਦਾ ਪ੍ਰਚਾਰ ਕਰ ਦਿਓ ਜਿਹੜੇ ਜਾਂਦੇ ਨੇ ਉਹ ਵੀ ਹਟ ਜਾਣਗੇ ਜਾਣਦੇ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਭੀੜ ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ ਕਹਿੰਦਾ ਮੈਂ ਇਕੱਲਾ ਹੀ ਚੜ੍ਹ ਰਿਹਾ ਮੇਰੇ ਮਗਰ ਨਹੀਂ ਕੋਈ ਆਇਆ ਬੜੀ ਔਗਟ ਘਾਟੀ ਹੈ ਉਹ ਤੇ ਚੜ੍ਹ ਰਿਹਾ ਇਹ ਜਿਹੜੇ ਰੌਲਾ ਪਾਉਂਦੇ ਨੇ ਰੋਜ਼ ਸਿੱਖੀ ਦਾ ਇਹਨਾਂ 'ਚੋਂ ਕਿਹੜਾ ਚੜ੍ਹ ਰਿਹਾ ਚੜ੍ਹ ਕੋਈ ਵੀ ਨਹੀਂ ਰਿਹਾ ਇਹ ਤਾਂ ਵੋਟਾਂ ਦਾ ਰੌਲਾ ਇਹਨਾਂ ਦਾ ਆਪਣੀ ਉਹ ਰੌਲਾ ਸਾਡੀ ਗਿਣਤੀ ਇੰਨੀ ਅਸੀਂ ਸਿੱਖਾਂ ਦੁਨੀਆਂ 'ਚ ਦੁਨੀਆਂ ਦੇ ਪਦਾਰਥਾਂ ਦੀ ਲੜਾਈ ਹੈ ਸਾਰੀ ਇਹਨਾਂ ਦੀ ਸਾਡਾ ਹਿੱਸਾ ਇੰਨਾ ਬਣਦਾ ਦੁਨੀਆਂ 'ਚ ਹਿੱਸੇ ਪੱਤੀ ਦੀ ਲੜਾਈ ਹੈ ਹਿੱਸੇ ਪੱਤੀ ਦੀ ਲੜਾਈ ਤਾਂ ਇਹਨਾਂ ਨੇ ਪਰਮੇਸ਼ਰ ਦਾ ਤਾਂ ਮੰਨਿਆ ਨਹੀਂ ਹੈ ਵੀ ਸਾਰਾ ਕੋਈ ਪਰਮੇਸ਼ਰ ਦਾ ਗੁਰਬਾਣੀ ਦੀ ਕਿਹੜੀ ਪੰਕਤੀ ਮੰਨੀ ਇਹਨਾਂ ਨੇ ਇਹ ਦੱਸਣ ਦਾ ਸਹੀ ਵੀ ਇੱਕ ਪੰਕਤੀ ਜਿਹੜੀ ਇੱਕ ਪੰਕਤੀ ਮੰਨੀ ਇਹਨਾਂ ਨੇ ਉਹ ਦੱਸ ਦੇਣ ਵੀ ਆਹ ਮੰਨੀ ਅਸੀਂ ਇੱਕ ਪੰਕਤੀ ਮੰਨੀ ਸਾਰੀ ਬਾਣੀ ਮੰਨਣੀ ਪੈ ਜੂਗੀ ਕੋਈ ਪੰਕਤੀ ਇੱਕ ਮੰਨ ਲੈਣ ਸਾਰੀ ਬਾਣੀ ਮੰਨਣੀ ਪੈ ਜੂਗੀ ਫਿਰ ਨਹੀਂ ਬਚ ਸਕਦੇ ਮੱਖੀ ਕਿੰਨਾ ਖਜ਼ੀਰਾ ਹੁੰਦਾ ਜਿੰਨਾ ਕੁ ਉਹਦਾ ਪੈਰ ਹੁੰਦਾ ਉੱਥੇ ਫਸਦੀ ਹੈ ਜਿੱਥੇ ਜਿੰਨਾ ਉਹਦਾ ਪੈਰ ਹੈ ਮੱਖੀ ਦਾ ਉਸੇ ਸੀਰੇ ਨੇ ਉਹਨੇ ਨਹੀਂ ਫਸਾ ਲੈਣਾ ਜਿਹੜੀ ਬਾਣੀ ਦੀ ਇੱਕ ਪੰਕਤੀ ਮੰਨਣੀ ਉਸੇ ਨੇ ਫਸਾ ਲੈਣਾ ਤੁਹਾਨੂੰ ਮੰਨੋ ਤਾਂ ਸਹੀ ਇੱਕ ਪੰਕਤੀ ਨਹੀਂ ਮੰਨ ਸਕਦਾ ਕੋਈ ਇਹਦੀ ਐਵੇਂ ਰੌਲਾ ਪਾਈ ਜਾਂਦੇ ਨੇ ਸਿੱਖਾਂ ਅਸੀਂ ਗੁਰਮੁਖੀ ਪਾਵੈ ਘੱਟ ਘੱਟ ਭੇਦ ਗੁਰਮੁਖੀ ਪਾਵੈ ਘੱਟ ਘੱਟ ਭੇਦ ਗੁਰਮੁਖ ਨੂੰ ਸਾਰੇ ਹਿਰਦਿਆਂ ਦਾ ਗਿਆਨ ਹੁੰਦਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕੌਣ ਪਰਮੇਸ਼ਰ ਦੀ ਬੁੱਧ ਗੁਰਮੁਖੀ ਬੁੱਧੀ ਪਰਮੇਸ਼ਰ ਦੀ ਬੁੱਧੀ ਹੈ ਸਾਰੇ ਮਨ ਦਾ ਭੇਦ ਹੈ ਮਨ ਦਾ ਵਿਗੜੇ ਮਨ ਨੂੰ ਠੀਕ ਕਰ ਲੈਣਾ ਸਾਰੀ ਇਹਦੇ 'ਚ ਮਕੈਨਿਜ਼ਮ ਸਾਰਾ ਮਨ ਦਾ ਹੈਗਾ ਇਹਦੇ ਕੋਲ ਜਿਵੇਂ ਕਿਸੇ ਚੀਜ਼ ਨੂੰ ਵਿਗੜੀ ਨੂੰ ਠੀਕ ਕਰਨ ਦਾ ਹੁੰਦਾ ਨਾ ਕੋਈ ਗੁਰਬਾਣੀ 'ਚ ਇੰਨਾ ਗਿਆਨ ਹੈ ਕਿਹਾ ਜਿਹਾ ਵਿਗੜਿਆ ਹੋਇਆ ਮਨ ਹੋਵੇ ਉਹਨੂੰ ਵੀ ਠੀਕ ਕਰ ਸਕਦੀ ਹੈ ਪਰ ਇਹਦੀ ਸੋਝੀ ਹੋਣੀ ਚਾਹੀਦੀ ਹੈ ਜਿੰਨਾ ਮਰਜ਼ੀ ਵਿਗੜਿਆ ਹੋਇਆ ਹੋਵੇ ਜਿੱਡਾ ਮਰਜ਼ੀ ਵਿਗੜਿਆ ਹੋਇਆ ਕੇਸ ਹੋਵੇ ਇਹ ਐਸਾ ਡਾਕਟਰ ਹੈ ਕੋਈ ਕੇਸ ਇਹਦੇ ਕੋਲ ਐਸਾ ਨਹੀਂ ਹੈ ਵੀ ਇਹਦੇ ਕੋਲ ਦਵਾਈ ਹੈ ਨਹੀਂ ਹੈ ਇਸ ਕਰਕੇ ਘੱਟ ਘੱਟ ਭੇਜ ਹੈ ਇਹਨੂੰ ਕੋਈ ਬਿਮਾਰੀ ਐਸੀ ਮੰਨਦੀ ਨਹੀਂ ਹੈ ਜਿਹਦਾ ਇਹਨੂੰ ਭੇਜ ਨਹੀਂ ਹੈ ਪਰ ਉਹ ਇਲਾਜ ਕਰਾਉਣਾ ਚਾਹੁੰਦਾ ਹੋਵੇ ਜਿਹੜਾ ਇਲਾਜ ਨਹੀਂ ਕਰਾਉਣਾ ਚਾਹੁੰਦਾ ਬਿਮਾਰੀਆਂ ਆਪਣੀਆਂ ਰੱਖਣੀਆਂ ਚਾਹੁੰਦਾ ਵਧਾਉਣੀਆਂ ਚਾਹੁੰਦਾ ਉਹ ਵੀ ਡਾਕਟਰ ਹੈਗੇ ਨੇ ਹਸਪਤਾਲ ਵੀ ਹੈਗੇ ਨੇ ਜਿਹੜੇ ਨਹੀਂ ਇਲਾਜ ਕਰਦੇ ਵਰਦੇ ਰਹਿੰਦੇ ਨੇ ਫਿਰ ਗੁਰਮੁਖੀ ਵੈਰ ਵਿਰੋਧ ਗਵਾਵੈ ਗੁਰਮੁਖੀ ਬੁੱਧੀ ਕੀ ਕਰਦੀ ਹੈ ਗੁਰਮਤ ਕੀ ਕਰਦੀ ਹੈ ਗੁਰਮੁਖੀ ਗੁਰਮਤ ਦਾ ਹੀ ਨਾਮ ਹੈ ਅਸਲ 'ਚ ਜਿਹਨੇ ਗੁਰਮਤ ਲੈ ਲਈ ਉਹ ਗੁਰਮੁਖੀ ਹੈ
ਵੈਰ ਵਿਰੋਧ ਸੰਸਾਰ ਦਾ ਖਤਮ ਕਰਦੀ ਹੈ ਗੁਰਮੁਖੀ। ਗੁਰਮੁਖਤਾ ਨਾ ਕੋਈ ਵੈਰੀ ਨਾ ਹੈ, ਬਗਾਨਾ ਦਾ ਉਪਦੇਸ਼ ਦਿੰਦੇ ਨੇ, ਉਹਨਾਂ ਦਾ ਕੋਈ ਦੇਸ਼ ਨਹੀਂ ਹੁੰਦਾ, ਕੋਈ ਵੱਟ ਲਕੀਰ ਨਹੀਂ, ਉਹਦਾ ਵੱਟਾਂ ਲਕੀਰਾਂ ਢਾਉਂਦੇ ਨੇ, ਤਾਂ ਇਹਨਾਂ ਦੀਆਂ ਰਾਜਿਆਂ ਦੀਆਂ ਪਾਈਆਂ ਹੋਈਆਂ ਸਿਆਸਤਦਾਨਾਂ ਦੀਆਂ ਲਕੀਰਾਂ, ਉਹ ਤਾਂ ਲਕੀਰਾਂ ਵਟਾਉਂਦੇ ਨੇ। ਇਹ ਰਾਜ ਕਰੇਗਾ ਖਾਲਸਾ 'ਚ ਵੱਟ ਪਾਉਂਦੇ ਨੇ, ਗੁਰਮੁਖ ਵੱਟ ਵਟਾਉਂਦੇ ਨੇ। ਸਿੱਖਾਂ ਨੂੰ ਤਾਂ ਵੱਟਾਂ ਵਟਾਉਣੀਆਂ ਚਾਹੀਦੀਆਂ ਸੀ, ਇਹ ਤਾਂ ਨਵੀਆਂ ਪਾ ਰਹੇ ਨੇ। ਜੇ ਕਿਸੇ ਨੇ ਨੁਕਸਾਨ ਕੀਤਾ ਗੁਰਮਤਿ ਦਾ, ਜੇ ਅੱਜ ਕੋਈ ਖਿਲਾਫ ਹੈ, ਤਾਂ ਇਹ ਸਿੱਖ ਖਿਲਾਫ ਨੇ ਜਿਹੜੇ ਕਹਿੰਦੇ ਰਾਜ ਕਰੇਗਾ ਖਾਲਸਾ ਸਿੱਖੀ ਤੋਂ, ਸਾਰਾ ਬੇੜਾ ਇਹ ਕਰ ਰਹੇ ਨੇ। ਆਪ ਸਿੱਖੀ ਨੂੰ ਮੰਨਣਾ ਨਹੀਂ ਇਹਨਾਂ ਨੇ, ਔਰ ਸਿੱਖੀ ਜਿਹੜੀ ਸਹੀ ਸਿੱਖੀ ਆ ਉਹਦਾ ਪ੍ਰਚਾਰ ਹੋਣ ਦੇਣਾ ਨਹੀਂ। ਕਿਉਂ ਫਿਰ ਇਹ ਬਦਨਾਮ ਹੋ ਜਾਣਗੇ ਜੇ ਇਹਦਾ ਪ੍ਰਚਾਰ ਹੋ ਗਿਆ? ਸਾਨੂੰ ਇਹ ਲੋਕ ਸਾਡੇ ਵੱਲ ਉਂਗਲ ਕਰਨਾ, ਇਹਨਾਂ ਨੂੰ ਇਹ ਖਤਰਾ ਵੀ ਲੋਕ ਸਾਡੇ ਵੱਲ ਉਂਗਲ ਕਰਨਗੇ ਵੀ ਲੀਡਰ ਤੁਸੀਂ ਸਿੱਖ ਲੈਂਦੇ ਹੋ, ਸਿੱਖੀ ਦੇ ਤੁਸੀਂ ਉਹ ਖਿਲਾਫ ਹੋ, ਸਾਡਾ ਕੀ ਬਣੂ? ਸਾਨੂੰ ਲੋਕਾਂ ਨੇ ਲੀਡਰ ਨਹੀਂ ਬਣੂ। ਤੇ ਸਮਾਂ ਆ ਗਿਆ, ਸਭ ਨੂੰ ਪਤਾ, ਹੁਣ ਸਭ ਨੂੰ ਪਤਾ ਹੈ। ਇਹਨਾਂ ਲੋਕਾਂ ਨੂੰ ਗੁਰਬਾਣੀ ਦਾ ਨਹੀਂ ਗਿਆਨ ਹੈਗਾ, ਪਰ ਇਹਨਾਂ ਦੇ ਆਚਰਣ ਤੋਂ ਪਤਾ ਲੱਗ ਗਿਆ ਲੋਕਾਂ ਨੂੰ। ਆਚਰਣ ਤੋਂ ਹਰ ਆਦਮੀ ਨੂੰ ਪਤਾ ਵੀ ਇਹ ਸਿੱਖ ਨਹੀਂ ਹਨ, ਗੁਰਬਾਣੀ ਦੀ ਸੋਝੀ ਨਹੀਂ। ਅਸੀਂ ਤਾਂ ਸਿਰਫ ਇਹ ਦੱਸਣਾ ਵੀ ਗੁਰਬਾਣੀ ਦੇ ਅਨੁਸਾਰ ਇਹਨਾਂ ਦਾ ਜੀਵਨ ਨਹੀਂ ਹੈ, ਇੱਥੋਂ ਖਰਾਬੀ ਪੈਦਾ ਹੋਈ, ਕਿਉਂ ਖਰਾਬੀ ਪੈਦਾ ਹੋਈ, ਕੀ ਇਹ ਚਾਹੁੰਦੇ ਨੇ, ਕੀ ਕਰਦੇ ਨੇ, ਗਲਤੀ ਨਾ ਨਹੀਂ ਕਰਦੇ, ਜਾਣ ਬੁੱਝ ਕੇ ਕਰਦੇ ਨੇ। ਇਹਨਾਂ ਨੇ ਸਿੱਖ ਬਣਨਾ ਹੀ ਨਹੀਂ ਹੈ। ਜੇ ਤੁਸੀਂ ਸਿੱਖੀ ਚਾਹੁੰਦੀ ਹੈ ਸੰਗਤ, ਤਾਂ ਇਹਨਾਂ ਨੂੰ ਬਾਈਪਾਸ ਕਰੋ, ਇਹਨਾਂ ਨੂੰ ਸਾਈਡ 'ਤੇ ਕਰਕੇ ਇਹਨਾਂ ਦੀ ਨਾ ਸੁਣੋ, ਇਹਨਾਂ ਨੂੰ ਸਿੱਖ ਮੰਨ ਕੇ ਨਾ ਚੱਲੋ ਤੁਸੀਂ ਵੀ ਸਿੱਖ ਨੇ। ਤੁਸੀਂ ਆਪ ਸਿੱਖੀ ਵਾਸਤੇ ਕੁਛ ਕਰੋ, ਸੰਗਤ ਅੱਗੇ ਆਵੇ ਜੇ ਚਾਹੁੰਦੇ ਹੋ, ਇਹਨਾਂ ਵੱਲ ਨਾ ਚੱਖੋ ਵੀ ਇਹ ਕੁਛ ਕਰਨਗੇ, ਇਹ ਤਾਂ ਵਿਰੋਧੀ ਖੜੇ ਨੇ। ਹਾਂਜੀ, ਗੁਰਮੁਖੀ ਵੈਰ ਵਿਰੋਧ ਗਵਾਵੈ, ਗੁਰਮੁਖੀ ਸਗਲੀ ਗਣਤ ਮਿਟਾਵੈ। ਸਗਲੀ ਗਣਤ ਮਿਟਾਵੈ, ਗਣਤ ਕੀ ਹੈ? ਜਿਹੜਾ ਲੇਖ ਹੈ ਪੁੰਨ ਪਾਪ ਦਾ, ਆ ਜਿਹੜਾ 250 ਸੁਖਮਨ ਸਾਹਿਬ ਦਾ ਅਖੰਡ ਪਾਠ ਕਰਦਾ ਵੀ ਗਿਣਤੀ ਹੈ, 250 ਪਾਠ ਕਰਦਾ ਸੁਖਮਨ ਸਾਹਿਬ ਦਾ, ਉਹਦੀ ਅਰਦਾਸ ਕਰਨੀ ਹੈ ਗਿਣਤੀ ਹੈ, ਨਵੀਆਂ ਗਿਣਤੀਆਂ ਸ਼ੁਰੂ ਕਰ ਲਈਆਂ। ਉਹਨੂੰ ਪੁੱਛੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹਦਾ ਮਤਲਬ ਕੀ ਹੈ? ਕਿਸੇ ਨੂੰ ਨਹੀਂ ਪਤਾ, ਕੀ ਸੁਖ ਹੋਇਆ ਤੁਹਾਨੂੰ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖਮਨੀ ਲਫ਼ਜ਼ ਹੈ ਨਾਨੇ ਨਾਲ, ਕਿਸੇ ਨੇ ਇਹਦੇ ਅਰਥ ਸੁਖਮਣੀ ਕਰਦੇ, ਨਾਣੇ ਨਾਲ ਹੁੰਦੀ ਹੈ ਬਣੀ, ਸਾਫ ਸੋਨੇ ਵੀ ਮੰਨ ਲਏ ਬਣੀ, ਉਹ ਲਿਖ ਦਿੱਤਾ ਮੂਰਖ ਸੀ ਸਾਫ ਸੋਦਾ, ਜਿਹੜੇ ਮੰਨਣ ਵਾਲੇ ਨੇ ਉਦੋਂ ਮਹਾਂਮੂਰਖ ਨੇ। ਉਹਨੂੰ ਉਹ ਬਣੀ ਸੁੱਖਾਂ ਦੀ ਬਣੀ, ਸੁੱਖਾਂ ਦੀ ਕੋਈ ਬਣੀ ਹੁੰਦੀ ਹੈ? ਦਿਖਾਓ ਕਿੱਥੇ ਸੁੱਖਾਂ ਦੀ ਬਣੀ? ਉਹ ਮਨਾਂ ਵਿੱਚ ਸੁੱਖ ਪੈਦਾ ਕਰਨ ਵਾਲਾ ਮਨੀ, ਮਨ ਦਾ ਬਹੁ ਵਚਨ ਹੈ, ਮਨੀ ਮਨ ਦਾ ਬਹੁ ਵਚਨ ਮਨੀ ਹੈ। ਬਿਹਾਰੀ ਨਾਲ ਜੇ ਸਿਹਾਰੀ ਹੁੰਦੀ ਸੁੱਖ ਤਾਂ ਮਨ ਵਿੱਚ ਆ ਜਾਂਦਾ, ਜਦ ਬਿਹਾਰੀ ਕਰਤੀ ਮਨ ਦਾ ਬਹੁ ਵਚਨ ਹੋ ਗਿਆ ਮਨੀ, ਮਨਾਂ ਵਿੱਚ ਸੁੱਖ ਮਨ ਮਨੀ ਸੁੱਖ, ਮਨਾਂ ਵਿੱਚ ਜੇ ਸੁੱਖ ਪੈਦਾ ਕਰਨਾ ਨਾ, ਉਹ ਸੁੱਖ ਕਿਹੜਾ? ਅੰਮ੍ਰਿਤ ਪ੍ਰਭ ਨਾਮ ਹੈ ਉਹ ਸੁੱਖ। ਉਹ ਕਿਹੜਾ ਨਾਮ ਹੈ? ਉਹ ਨਾਮ ਹੈ ਭਗਤ ਜਨਾ ਕਹਿ ਮਨ ਵਿਸਰਾਮ, ਜਿਹਦੇ ਨਾਲ ਭਗਤ ਜਨਾ ਦਾ ਮਨ ਟਿਕਦਾ ਹੁੰਦਾ, ਟਿਕਿਆ ਹੋਇਆ ਮਨ ਹੁੰਦਾ ਸੁੱਖ ਹੋ ਜਾਂਦਾ। ਭਗਤ ਜਨਾ ਨੇ ਦਾ ਮਨ ਜਿਹਦੇ ਨਾਲ ਟਿਕਿਆ, ਜਿਹੜੇ ਗਿਆਨ ਨਾਲ ਭਗਤਾਂ ਨੇ ਆਪਣੇ ਮਨ ਨੂੰ ਰੋਕਿਆ, ਮਨ ਗਿਆਨ ਕਾ ਬੰਦਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ, ਉਹ ਗੁਰਮਤ ਦਾ ਗਿਆਨ।
ਇੱਕੋ ਲਫ਼ਜ਼ ਇੰਨਾ ਪੜ੍ਹ ਕੇ ਹੀ ਬਾਕੀ ਸੁਖਮਨੀ ਸਾਹਿਬ ਪੜ੍ਹਨ ਦੀ ਲੋੜ ਹੀ ਨਹੀਂ, ਖੋਜਣ ਦੀ ਲੋੜ ਸੀ ਉਹਨੂੰ ਕੀ ਕਰਨ ਕੇ ਸਾਰਾ ਪੜ੍ਹ ਕੇ ਕੀ ਮਿਲਿਆ, ਮਿਲਿਆ ਕੀ ਪੜ੍ਹ ਕੇ ਉਹਨਾਂ ਨੂੰ। ਔਰ 250 ਪਾਠ ਕਰਕੇ ਅਰਦਾਸ ਕਾਹਦੀ ਕਰਨੀ ਹੈ, ਮੇਰਾ ਮੁੰਡਾ ਪਾਸ ਹੋ ਜਾਵੇ ਅਰਦਾਸ ਨਹੀਂ ਕਰਦੀ, ਜਾਂ ਸਾਡੇ ਆਹ ਹੋ ਜਾਏ ਸਾਡੇ ਉਹ ਹੋ ਜਾਏ। ਟਾਰਗੇਟ ਕੀ ਹੈ? ਟਾਰਗੇਟ ਮਾਇਆ ਤੇ ਮੱਤ ਨਹੀਂ ਮਾਰੀ ਹੋਈ ਇਹਨਾਂ ਦੀ, ਹੋਰ ਕੀ ਹੋਇਆ? ਮੱਤ ਮਾਰੀ ਹੋਈ ਹੈ, ਹੋਰ ਕੀ? ਕਿੱਥੇ ਲਿਖਿਆ ਗੁਰਬਾਣੀ 'ਚ ਤੁਸੀਂ ਮਾਇਆ ਮੰਗੋ? ਕਿੱਥੇ ਲਿਖਿਆ? ਜੋ ਚੀਜ਼ ਮੰਗਣੀ ਸੀ ਉਹ ਤਾਂ ਮੰਗੀ ਹੋ ਨਹੀਂ। ਗੁਰਮੁਖੀ ਨਾਮ ਦਾ ਨਿਸ਼ਾਨ ਦਾ ਕੀ ਮਤਲਬ ਸੀ ਲਿਖਣ ਦਾ? ਕੀ ਫਾਇਦਾ ਸੀ ਲਿਖਣ ਦਾ? ਇਹ ਸਾਰੇ ਅੰਨੇ ਬੋਲੇ ਨੇ ਮਾਇਆਧਾਰੀ, ਮਾਇਆਧਾਰੀ ਹੁੰਦੇ ਇਹਨਾਂ ਬੋਲੇ, ਅੰਨੇ ਵੀ ਨੇ ਬੋਲੇ ਵੀਰ ਮਾਇਆਧਾਰੀ ਜੋ ਹੈ। ਸਿੱਖੀ ਤੋਂ ਮਾਇਆ ਪਿਆਰੀ ਹੈ ਇਹਨਾਂ ਨੂੰ, ਸਿੱਖੀ ਨੂੰ ਜ਼ਿਆਦਾ ਕੀਮਤੀ ਹੈ ਮਾਇਆ ਪਦਾਰਥ। ਜਿੰਨਾ ਚਿਰ ਸਿੱਖੀ ਨੂੰ ਮਾਇਆ ਦੇ ਪਦਾਰਥ ਜ਼ਿਆਦਾ ਕੀਮਤੀ ਲੱਗਦੇ ਨੇ, ਸਿੱਖੀ ਦੇ ਇਹਨਾਂ ਨੇ ਲੈਣਾ ਕੀ ਹੈ? ਜਿੱਦਣ ਸਿੱਖੀ ਦੀ ਕੀਮਤ ਜ਼ਿਆਦਾ ਵੱਧ ਗਈ ਮਾਇਆ ਦੇ ਪਦਾਰਥਾਂ ਨੂੰ, ਉੱਦਣ ਨੂੰ ਮੋੜ ਕੇ ਵਰਨਾ ਨਹੀਂ ਮੋੜ। ਹਾਲੇ ਤਾਂ ਮਾਇਆ ਦੀ ਭੁੱਖ ਅੰਦਰੋਂ ਗਈ ਹੋਈ ਨਹੀਂ, ਨਾ ਇਹਨਾਂ ਦੀ ਸਲਾਹ ਹੈ ਵੀ ਮਾਇਆ ਦੀ ਭੁੱਖ ਜਾਵੇ। ਹਾਲੇ ਤਾਂ ਸਿੱਖੀ 'ਚੋਂ ਮਾਇਆ ਦੀ ਉਹ ਡਿਮਾਂਡ ਹੈ। ਮਾਇਆ ਹੀ ਮੰਗਦੇ ਨੇ ਸਿੱਖੀ ਤੋਂ ਵੀ ਬਾਣੀ ਪੜ੍ਹ ਕੇ ਪਾਠ ਕਰਕੇ ਜੋ ਵੀ ਕੁਛ ਹੈ ਸੇਵਾ ਕਰਕੇ, ਜਿਹੜੀ ਸੇਵਾ ਅਸੀਂ ਸਮਝਦੇ ਹਾਂ ਜਿਹੜੇ ਵਿਚਾਰ ਵੀ ਕਰਨਾ ਨਾ ਸ਼ਬਦ ਵਿਚਾਰ, ਜੇ ਉਹਨੂੰ ਵੀ ਸੇਵਾ ਆਪਾਂ ਮੰਨ ਲਈਏ, ਉਹ ਵੀ ਪੂਰੀ ਮੱਤ ਨਾਲ ਵਿਚਾਰ ਕਰੀਏ ਤਾਂ ਮੱਤ ਉਹਦਾ ਕੋਈ ਰਿਜ਼ਲਟ ਨਿਕਲਦਾ। ਮੱਤ ਥੋੜ੍ਹੀ ਸੇਵ ਗਵਾਈ ਹੈ, ਥੋੜ੍ਹੀ ਮੱਤ ਨਾਲ ਜਿਹੜੇ ਬਾਣੀ ਵਿਚਾਰਦੇ ਨੇ ਨਾ ਆਪਣੀ ਮੱਤ ਨੂੰ ਵਿਚਾਰਦੇ ਨੇ, ਥੋੜ੍ਹੀ ਮੱਤ ਆਪਣੀ ਮੱਤ ਹੁੰਦੀ। ਜੇ ਆਪਾਂ ਥੋੜ੍ਹੀ ਮੱਤ ਕਹੀਏ ਨਾ, ਥੋੜ੍ਹੀ ਮੱਤ ਦਾ ਥੋੜ੍ਹੀ ਮੱਤ ਕੀ ਹੋਈ? ਮੇਰੀ ਮੱਤ ਥੋੜ੍ਹੀ ਨਾ। ਜਿਹੜੇ ਆਪਣੀ ਬੁੱਧੀ ਨਾਲ ਗੁਰਬਾਣੀ ਨੂੰ ਵਿਚਾਰਦੇ ਨੇ ਥੋੜ੍ਹੀ ਮੱਤ ਨਾਲ, ਉਹ ਜੋ ਤੱਤ ਸਾਰਾ ਹੀ ਗਵਾ ਲੈਂਦੇ ਨੇ। ਇਹੀ ਗੱਲ, ਇਹੀ ਕੰਮ ਕੀਤਾ ਹੋਇਆ ਸੀ ਸਿੱਖਾਂ ਨੇ। ਆ ਜਿਹੜੇ ਵਿਦਵਾਨ ਨੇ ਸਾਰੇ ਯੂਨੀਵਰਸਿਟੀਆਂ 'ਚ ਇਹੀ ਕੰਮ ਕੀਤਾ ਹੋਇਆ, ਇਸੇ ਕੰਮ ਲੱਗੇ ਹੋਏ ਨੇ ਸਾਰੇ। ਮੱਤ ਥੋੜ੍ਹੀ ਸੇਵ, ਉਹ ਜਿਹਨੇ ਸੁਖਮਣੀ ਲਿਖਿਆ ਉਹ ਵੀ ਥੋੜ੍ਹੀ ਮੱਤ ਵਾਲਾ ਸੀ, ਰਾਣਾ ਬਣਾ ਦਿੱਤਾ ਨੰਨੇ ਦਾ, ਪਰ ਇਹ ਨਹੀਂ ਦੇਖਿਆ ਵੀ ਨੰਨਾ ਹੈ ਨਾਣਾ, ਸੁੱਖਾਂ ਦੀ ਬਣੀ ਬਣਾ ਦਿੱਤਾ ਉਹਨੂੰ, ਅਸੀਂ ਪੰਥ ਰਤਨ ਦਿੱਤਾ ਹੋਇਆ। ਉਹ ਜਿਹੜੇ ਪੰਥ ਰਤਨ ਕਹਿਣ ਵਾਲੇ ਤੇ ਉਹ ਕਿਹੋ ਜਿਹੇ ਸਿੱਖ ਹੋਣਗੇ? ਹੁਣ ਇਹਦਾ ਅੰਦਾਜ਼ਾ ਲਾਓ, ਜਿਨ੍ਹਾਂ ਨੇ ਪੰਥ ਰਤਨ ਉਹਨੂੰ ਮੰਨਿਆ ਉਹ ਆਪ ਕਿੱਥੇ ਖੜੇ ਨੇ ਇੱਥੋਂ ਅੰਦਾਜ਼ਾ ਲਾਓ। ਉਹਨਾਂ ਨੇ ਰਹਿਤ ਮਰਿਆਦਾ ਬਣਾਈ ਹੈ, ਉਹ ਆਪ ਕਿੱਥੇ ਖੜੇ ਨੇ ਸਿੱਖੀ ਦਾ, ਉਹਨਾਂ ਕੋਲ ABC ਦਾ ਪਤਾ ਹੈ, ਇਹਦਾ ਅੰਦਾਜ਼ਾ ਇੱਥੋਂ ਲੱਗੂਗਾ ਪਿਛਲੇ ਟੀਕਿਆਂ ਨੂੰ ਪੜ੍ਹ ਕੇ। ਜੋ ਉਹਨਾਂ ਨੇ ਲਿਖਿਆ ਹੈ ਰਹਿਤ ਮਰਿਆਦਾ, ਕੀ ਗੁਰਮਤ ਦੇ ਅਨੁਸਾਰ ਹੈ? ਗੁਰਮਤ ਤੋਂ ਬਰੁੰਦਾ ਰਹਿਤ ਮਰਿਆਦਾ ਸਾਰੀ ਉਹਨਾਂ ਦੀ, ਮਰਿਆਦਾ ਲੱਭਦੇ ਨਹੀਂ ਆ ਗੁਰਬਾਣੀ 'ਚ ਕਿਤੇ ਰਹਿਤ ਹੈ ਇਕੱਲਾ। ਜਿੱਦਣ ਮਰਿਆਦਾ ਨਾਲ ਲਾਤੀ ਇਹਨਾਂ ਨੇ ਰਹਿਤ, ਉਦਣ ਸਨਾਤਨ ਧਰਮ ਬਾਲ ਲਿਆ, ਲਿਆ ਕੇ ਸਨਾਤਨੀ ਮਤ ਬਾਲ ਲਈ ਗੁਰਦੁਆਰੇ ਨੇ। ਮਰਿਆਦਾ ਤਾਂ ਲੱਭਦੇ ਨਹੀਂ ਹੈ ਗੁਰਬਾਣੀ ਤੋਂ, ਮਰਿਆਦਾ ਮੈਨ ਮੇਡ ਹੁੰਦੀ ਆ। ਮਰਿਆਦਾ ਮਨ ਦੀ ਮਰਜ਼ੀ ਦਾ ਦੂਆ ਨੋ ਮਰਿਆਦਾ, ਰਹਿਤੇ ਕੋਈ ਝਗੜਾ ਨਹੀਂ, ਝਗੜਾ ਮਰਿਆਦਾ ਤੇ ਆ ਕੇ। ਸਾਡੀ ਮਰਿਆਦਾ ਜੀ, ਉਹ ਕਹਿੰਦਾ ਸਾਡੀ ਮਰਿਆਦਾ, ਉਹ ਕਹਿੰਦਾ ਸਾਡੀ ਮਰਿਆਦਾ, ਰਹਿਤ ਨਹੀਂ ਕਹਿੰਦਾ ਕੋਈ ਸਾਡੀ ਵੱਖਰੀ ਹੈ, ਰਹਿਤ ਨੂੰ ਕਹਿੰਦੇ ਨਹੀਂ ਕਹਿੰਦੇ ਵੱਖਰੀ ਹੈ, ਮਰਿਆਦਾ ਕਹਿੰਦੇ ਵੱਖਰੀ ਹੈ। ਮਰਿਆਦਾ 'ਚ ਮਨ ਮੱਤ ਇਨਵੋਲਵ ਹੈ, ਮਰਿਆਦਾ ਮਨ ਮੱਤ ਹੈ, ਮਨ ਮੱਤ ਦੀ ਤਾਂ ਇਜਾਜ਼ਤ ਨਹੀਂ ਦਿੰਦੀ ਗੁਰਬਾਣੀ। ਜਿੱਥੇ ਮਨ ਮੱਤ ਆ ਗਈ ਤਾਂ ਗੁਰਮਤ ਕਿਵੇਂ ਰਹਿ ਗਈ? ਇਹ ਬਿਮਾਰੀ ਇੱਥੇ ਬੜੀ ਹੋਈ ਹੈ, ਰਹਿਤ ਦੇ ਨਾਲ ਮਰਿਆਦਾ ਬਾੜੀ ਹੈ। ਇਹ ਜਹਿਰਦਾਰ ਵੀ ਉੱਖੜੇ ਨੇ ਸਾਰੇ, ਇਹਨਾਂ ਨੂੰ ਨਹੀਂ ਪਤਾ ਹੈਗਾ, ਇਹਨਾਂ ਨੂੰ ਕੀ ਪਤਾ? ਇਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਗੁਰਬਾਣੀ ਬਾਰੇ ਕੀ ਹੈ। ਨਾਲੇ ਉਹਨਾਂ ਨੇ ਵਿਚਾਰਿਆਂ ਨੇ ਗੁਰਬਾਣੀ ਤੋਂ ਲੈਣਾ ਕੀ ਹੈ? ਤਨਖਾਹਦਾਰ ਮੁਲਾਜ਼ਮ ਨੇ, ਉਹਦਾ ਇਹਨਾਂ ਦੇ ਗੁਲਾਮ ਨੇ ਇਹ ਜਿਹੜੇ ਸਿਆਸਤਦਾਨ ਨੇ।
ਮੂਰਖ ਲੋਕ ਨੇ ਉਹਨਾਂ ਦੀ ਇੱਜ਼ਤ ਕਰਦੇ ਨੇ ਵੀ ਪਤਾ ਨਹੀਂ ਇਹ ਕੀ ਨੇ, ਆਪਣਾ ਨੰਬਰ ਬਣਾਉਂਦੇ ਨੇ ਘਰ ਸੱਦ ਕੇ ਇਹਨਾਂ ਨੂੰ ਵੀ ਸਾਡੇ ਜਹਿਦਾਰ ਆਇਆ ਹੋਇਆ, ਜਿਵੇਂ ਕੋਈ MLA ਨੂੰ ਸੱਦ ਲੈਂਦਾ ਵਿਆਹ 'ਚ, ਜਦ MLA ਰਹਿੰਦਾ ਨਹੀਂ ਫਿਰ ਕੋਲ ਨਹੀਂ ਨਾ ਫਿਰ ਪਿੱਠ ਕਰ ਲੈਂਦਾ ਬੁਲਾਉਂਦਾ ਨਹੀਂ ਹੈ, ਤਾਂ ਮਤਲਬ ਹੀ ਨੇ ਲੋਕ ਤਾਂ ਸੰਸਾਰ ਹੈ, ਗੁਰਮਤ ਕੋਈ ਸੰਸਾਰੀ ਚੀਜ਼ ਹੈ ਇੰਨੀ ਘਟੀਆ ਇਹ, ਜਿਹੜੇ ਗੁਰਮਤ ਦਾ ਪ੍ਰਚਾਰ ਦੇ ਵਿਰੋਧ 'ਚ ਖੜੇ ਨੇ ਅਪਰਾਧੀ ਨੇ ਉਹਨਾਂ ਨੂੰ ਤੁਸੀਂ ਇੱਜ਼ਤ ਦੇ ਰਹੇ ਹੋ, ਤੁਸੀਂ ਸਿੱਖ ਕਿੱਥੋਂ ਦਿਓਗੇ, ਥੋੜ੍ਹੀ ਜਿਹੀ ਜੁਰਤ ਬਣੀ ਵੀ ਸੱਚ ਨੂੰ ਸੱਚ ਕਹਿ ਦਈਏ ਅਸੀਂ, ਗੱਲਾਂ ਕੀ ਕਰਦੇ ਨੇ, ਸਾਡਾ ਸਿੱਖ ਐਸਾ ਮੈਂ ਬਣਾਊਗਾ ਤਾਂ ਸਭ ਪਾਤਸ਼ਾਹ ਕਹਿੰਦੇ ਨੇ ਜਿਹੜਾ ਲੱਖਾਂ 'ਚ ਖੜਾ ਹੋਵੇ ਇਕੱਲਾ ਹੀ ਛੁਪੇ ਨਾ, ਛੁਪੂ ਤਾਂ ਸਿੱਖ ਤਾਂ ਜੇ ਸੱਚ ਨੂੰ ਸੱਚ ਕਹੂ, ਜਿਹੜਾ ਸੱਚ ਨੂੰ ਸੱਚ ਨਹੀਂ ਕਹਿੰਦਾ ਸਿੱਖ ਕਹਿੰਦਾ ਉਹ, ਸਾਰੇ ਮੂਰ ਚੱਕੀ ਲਗੋ ਜੀ ਬੈਠੇ ਨੇ, ਹੁਣ ਸੱਚ ਨੂੰ ਸੱਚ ਕਹਿੰਦੇ ਕਿਉਂ ਨਹੀਂ, ਜਿਹੜਾ ਸੱਚ ਨੂੰ ਸੱਚ ਨਹੀਂ ਕਹਿੰਦਾ ਸਿੱਖ ਨਹੀਂ, ਸਿੱਖ ਸੱਚ ਨੂੰ ਸੱਚ ਕਹਿੰਦਾ, ਝੂਠ ਨੂੰ ਝੂਠ ਕਹਿੰਦਾ, ਬਸ ਇਹ ਅਪਰਾਧ ਹੈ ਮਨਮੁੱਖਾਂ ਦੀ ਦ੍ਰਿਸ਼ਟੀ 'ਚ, ਮਨਮੁੱਖਾਂ ਦੀ ਸਭਿਅਤਾ ਦੇ ਵਿੱਚ ਅਪਰਾਧ ਹੈ ਸੱਚ ਨੂੰ ਸੱਚ ਕਹਿਣਾ, ਗੁਰਮੁਖਾਂ ਦੇ ਘਰ ਦੇ ਵਿੱਚ ਸੱਚ ਨੂੰ ਸੱਚ ਕਹਿਣਾ ਇੱਕ ਬਹਾਦਰੀ ਹੈ, ਬਹੁਤ ਬੜੀ ਬਹਾਦਰੀ ਦੀ ਗੱਲ ਹੈ, ਪਹਿਲਾਂ ਮਰਨ ਕਬੂਲਿਆ ਹੋਵੇ ਤਾਂ ਸੱਚ ਨੂੰ ਸੱਚ ਕਹਿ ਸਕਦਾ, ਤਾਂ ਉਹਨਾਂ ਨੇ ਕਿਹਾ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ, ਸੱਚ ਨੂੰ ਸੱਚ ਕਹਿਣਾ ਸਮਝੋ ਮੌਤ ਨੂੰ ਆਵਾਜ਼ ਮਾਰਨੀ, ਪਤਾ ਹੀ ਹੈ ਗੁਰਮੁਖੀ ਰਾਮ ਨਾਮ ਰੰਗ ਰਾਤਾ, ਰਾਮ ਨਾਮ ਦਾ ਰੰਗ ਚੜਿਆ ਹੁੰਦਾ ਗੁਰਮੁਖ ਨੂੰ, ਹੁਣ ਇਹ ਤਾਂ ਰਾਮ ਤੋਂ ਤਾਂ ਐਲਰਜੀ ਹੈ ਸਿੱਖਾਂ ਨੂੰ, ਰਾਮ ਨਾਮ ਤੋਂ ਤਾਂ ਐਲਰਜੀ ਹੈ, ਹੁਣ ਆਹ ਕੱਢ ਦਈਏ ਭਗਤੀ ਵਿੱਚੋਂ ਕੱਢ ਦਈਏ, ਰਾਮ ਨਾਮ ਤੋਂ ਐਲਰਜੀ ਕਿਉਂ ਹੈ ਤੁਹਾਨੂੰ, ਤੁਸੀਂ ਰਾਮ ਨਾਮ ਦੀ ਵਿਆਖਿਆ ਕਰੋ, ਰਾਮ ਨਾਮ ਹੁੰਦਾ ਕੀ ਹੈ, ਉਹ ਰਾਮ ਕਿਹੜਾ ਜਿਹੜਾ ਗੁਰਬਾਣੀ 'ਚ ਉਹਦੀ ਵਿਆਖਿਆ ਤਾਂ ਆਉਂਦੀ ਨਹੀਂ, ਰਾਮ ਤੋਂ ਐਲਰਜੀ ਕਰ ਲਈ, ਅਸਲ 'ਚ ਜਿਹਨਾਂ ਨੂੰ ਗੁਰਮਤਿ ਸਮਝੀ ਨਹੀਂ ਉਹਨਾਂ ਨੂੰ ਐਲਰਜੀ ਹੋ ਗਈ, ਕ੍ਰਿਸ਼ਨ ਤੋਂ ਰਾਮ ਤੋਂ ਦੁਰਗਾ ਤੋਂ ਚੰਡੀ ਤੋਂ ਇਹਨਾਂ ਸ਼ਬਦਾਂ ਤੋਂ ਐਲਰਜੀ ਹੋ ਗਈ ਵੀ ਹਿੰਦੂਆਂ ਦੇ ਨੇ, ਪੰਕਤੀ ਕੱਢ ਦਿਓ ਫਿਰ ਵਿੱਚੋਂ, ਰਾਮ ਨਾਮ ਦਾ ਰੰਗ ਚੜਿਆ ਹੁੰਦਾ ਗੁਰਮੁਖ ਨੂੰ, ਹੁਣ ਇਹ ਦੱਸਣ ਰਾਮ ਨਾਮ ਕੀ ਹੁੰਦਾ, ਉਹ ਰਾਮ ਨਾਮ ਨਹੀਂ ਗੁਰਮੁਖ ਮੰਨਦੇ, ਗੁਰਮਤ ਮੰਨਦੀ ਜਿਹੜਾ ਰਾਮ ਰਾਮ ਕਰਤਾ ਸਭ ਜਗ ਫਿਰੇ, ਉਹ ਰਾਮ ਨਹੀਂ ਹੈ, ਰਾਮ ਕੀ ਹੈ ਫਿਰ, ਸਾਡਾ ਰਾਮ ਹੈ ਸਭ ਘੱਟ ਰਾਮ ਬੋਲੇ, ਉਹਨਾਂ ਦਾ ਹੋਊਗਾ ਦਸਤ ਦਾ ਬੇਟਾ ਰਾਮ ਆਪਣੇ ਨੂੰ ਲਈ ਫਿਰਨ, ਸਾਡਾ ਉਹ ਰਾਮ ਹੈ ਨਾ ਕਦੇ ਜੰਮਿਆ ਨਾ ਕਦੇ ਮਰਿਆ, ਉਹਨਾਂ ਦਾ ਕੋਈ ਹੋਰ ਹੋਊਗਾ ਅਸੀਂ ਕੀ ਲੈਣ, ਅਸੀਂ ਰਾਮ ਸਿੰਘ ਨਾਂ ਰੱਖ ਨਹੀਂ ਸਕਦੇ ਕਿਸੇ ਨਿਆਣੇ ਦਾ ਆਪਣੇ ਦਾ, ਉਹਨਾਂ ਦਾ ਹੋਰ ਹੋਊ, ਉਹ ਰਾਮਦਾਸ ਹੋਊ ਕਿਸੇ ਨੇ ਰੱਖ ਲਿਆ, ਸਾਡੇ ਵੀ ਰਾਮਦਾਸ ਹੈ, ਉਹ ਰਾਮ ਕੌਣ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਰਾਮ ਕੌਣ ਹੈ ਜਿਹਨੂੰ ਉਹ ਕਹਿੰਦੇ ਨੇ, ਗੱਲ ਤਾਂ ਇਹ ਹੈ, ਉਹ ਕ੍ਰਿਸ਼ਨ ਕੀ ਹੈ ਜਿਹੜਾ ਉਹ ਮੰਨਦੇ ਨੇ, ਕ੍ਰਿਸ਼ਨ ਕੌਣ ਹੈ ਜਿਹਨੂੰ ਅਸੀਂ ਮੰਨਦੇ ਹਾਂ, ਉਹ ਧਰਮ ਕਿਹੜਾ ਜਿਹੜਾ ਸਾਡਾ ਹੈ, ਉਹ ਧਰਮ ਕਿਹੜਾ ਜਿਹੜਾ ਉਹਨਾਂ ਦਾ ਹੈ, ਉਹ ਜਪ ਕਿਹੜਾ ਜਿਹੜਾ ਸਾਡਾ, ਉਹ ਜਪ ਕਿਹੜਾ ਜਿਹੜਾ ਉਹਨਾਂ ਦਾ ਹੈ, ਉਹ ਤਪ ਕਿਹੜਾ ਜਿਹੜਾ ਸਾਡਾ ਹੈ, ਉਹ ਤਪ ਕਿਹੜਾ ਜਿਹੜਾ ਉਹਨਾਂ ਦਾ ਹੈ, ਗੱਲ ਤਾਂ ਇਹ ਨਖੇੜਾ ਤਾਂ ਇਹ ਕਰਨਾ ਸੀ, ਕਿੰਨਾ ਸਾਡੇ ਕੋਲ ਕਿੰਨਾ ਨੇ ਮਾਡਲ ਗੱਡੀਆਂ ਦੇ, ਅੱਡ ਅੱਡ ਕੋਪੜੀਆਂ ਦੇ, ਇੱਕ ਦੂਜੇ ਦੇ ਟੈਰ ਇੱਕ ਦੂਜੇ ਦੇ ਵਿੱਚ ਚੱਕਾ ਫਸਾ ਕੇ ਦਿਖਾਓ, ਦੂਜੇ ਦਾ ਇੰਜਣ ਦੂਜੇ 'ਚ ਆ ਜੂ, ਇੱਕ ਦੂਜੇ ਦੇ ਕਰੰਕ ਪਾ ਕੇ ਦਿਖਾਓ, ਦੂਜੇ ਮਾਡਲ ਦੀ ਹੋਰ ਗੱਡੀ ਦੇ ਕਰੰਕ ਦੂਜੇ 'ਚ ਪਾ ਕੇ ਦਿਖਾਓ, ਵੀ ਸਾਡੇ ਪੁਰਜੇ ਕਿਵੇਂ ਫਿੱਟਿਆ, ਨਾ ਉਹਦਾ ਵੀ ਕਰੰਕ ਹੈ ਨਾ ਉਹਦਾ ਵੀ ਕਰੰਕ ਹੈ, ਨਾ ਉਹਦਾ ਵੀ ਪਿਸਟਨ ਹੈ ਨਾ ਉਹਦਾ ਵੀ ਪਿਸਟਨ, ਇੱਕ ਦੂਜੇ 'ਚ ਫਿੱਟ ਕਰਕੇ ਦਿਖਾਓ, ਕਿਵੇਂ ਧਰਮ ਦੇ ਰੌਣ ਹੈ ਇਹ,
ਇੱਕ ਦੂਜੇ ਫਿੱਟ ਕੇ ਮੈਂ ਜਾਣਗੇ। ਸਾਡਾ ਮਾਡਲ ਹੋਰ ਹੈ ਧਰਮ ਦਾ, ਉਹਨਾਂ ਦਾ ਮਾਡਲ ਹੋਰ ਹੈ, ਸਾਡੇ ਮਾਡਲ ਹੈ ਹੋਰ ਹੈ। ਇਹਨਾਂ ਨੂੰ ਇੰਨੀ ਉਹ ਸਮਝ ਨਹੀਂ ਬੇਵਕੂਫਾ ਨੂੰ। ਕਾਰ ਦਾ ਨਾ ਕਾਰ ਹੈ, ਸਾਰੀਆਂ ਕਾਰਾਂ ਦਾ ਨਾ ਕਾਰ ਹੈ। ਤੁਸੀਂ ਠੀਕ ਹੈ, ਉਹ ਉਹਨਾਂ ਦੀ ਆਪਣੀਆਂ ਮੱਤਾਂ ਨੇ, ਉਹਨਾਂ ਦੇ ਨਾਂ ਲੱਗੇ ਨੇ। ਕੋਈ ਬੁੱਧ ਮੱਤ ਹੈ, ਕੋਈ ਹਿੰਦੂ ਮੱਤ ਹੈ, ਕੋਈ ਸਨਾਤਨ ਮੱਤ ਹੈ, ਕੋਈ ਇਸਲਾਮ ਮੱਤ ਹੈ, ਸਾਡੀ ਗੁਰਮੱਤ ਹੈ। ਗੁਰਮਤ ਦਾ ਨਾਮ ਇਹਦੇ ਵਿੱਚ ਗੁਰਮਤ ਦੇ ਲਿਖਣ ਵਾਲੇ, ਗੁਰਮਤ ਦੇ ਪ੍ਰਚਾਰ ਕਰਨ ਵਾਲੇ, ਗੁਰਮਤ ਦੇ ਨਵੇਂ ਅਰਥ ਦੇਣ ਵਾਲੇ, ਗੁਰਮਤ ਨੂੰ ਵਿਆਖਿਆ ਕਰਨ ਵਾਲੇ, ਇਹਦੇ 'ਚ ਬਹੁਤ ਇੰਨੇ ਆਦਮੀ ਹੋਏ ਨੇ ਜਿਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਇਸ ਇਕੱਲੀ ਮਤ ਦਾ ਪ੍ਰਚਾਰ, ਬਾਕੀ ਜਿੰਨੀਆਂ ਮਤਾਂ ਨੇ ਉਹ 'ਚ ਇੱਕ ਆਦਮੀ ਹੋਇਆ ਜਾਂ ਦੂਆ ਹੋਇਆ ਤਾਂ ਉਹਨੇ ਉਹ 'ਚ ਸੰਸ਼ੋਧਨ ਕੀਤਾ, ਬਾਕੀ ਕੋਈ ਮਤ ਦੋ ਬੰਦਿਆਂ ਦੀ ਬਣੀ ਹੋਈ ਨਹੀਂ। ਜੇ ਦੂਆ ਵਿੱਚ ਆ ਗਿਆ ਤਾਂ ਪਹਿਲੀ ਬਦਲਤੀ ਉਹਨੇ, ਚਾਹੇ ਘਟੀਆ ਬਣਾਤੀ ਚਾਹੇ ਵਧੀਆ ਬਣਾਤੀ, ਉਹਦੇ ਨਾਲ ਮੇਲ ਨਹੀਂ ਖਾਂਦਾ। ਇਹ ਫਰਕ ਹੈ ਇੱਥੇ। ਪਰ ਪੁਰਜਾ ਸਾਡਾ ਤੂੰ ਕਿਸੇ ਗੱਡੀ 'ਚ ਨਹੀਂ ਹੋਰ ਚਾਹੁੰਦਾ, ਇਹ ਠੀਕ ਹੈ। ਥਿਊਰੀ ਸਾਡੀ ਇੱਕ ਹੈ, ਭਗਤ ਕਬੀਰ ਸੀ ਚਾਹੇ ਚਾਹੇ ਭਗਤ ਸਾਰੇ ਨੇ, ਉਹਨਾਂ ਦਾ ਥਿਊਰੀ ਇੱਕੋ ਹੀ ਹੈ, ਟਾਰਗੇਟ ਹੈ, ਕੋਈ ਫਰਕ ਨਹੀਂ ਹੈ। ਵਿਆਖਿਆ ਸਭ ਨੇ ਕੀਤੀ ਹੈ ਇਸੇ ਮਤ ਦੀ, ਸਿੱਖਿਆ ਇਸੇ ਮਤ ਦੀ ਦਿੱਤੀ ਹੈ, ਪਰ ਸਾਰਿਆਂ ਦੀ ਮਤ ਇੱਕ ਹੈ, ਕੋਈ ਫਰਕ ਨਹੀਂ। ਉਹਨਾਂ ਕੋਲ ਇੱਕੋ ਹੀ ਮਾਡਲ ਹੈ ਗੱਡੀ ਦਾ, ਸਾਰਿਆਂ ਕੋਲ ਜਿਹੜੀ ਗੱਡੀ ਹੈ ਇੱਕ ਮਾਡਲ ਦੀ ਹੈ, ਵੱਖਰਾ ਮਾਡਲ ਨਹੀਂ ਹੈ ਕਿਸੇ ਦਾ। ਇੱਕ ਦੂਜੇ ਦਾ ਪੁਰਜਾ ਆ ਜਾਂਦਾ, ਬੋਲੀ ਜਾਏ ਕੋਈ ਬੋਲਤੀ, ਅਤੇ ਇੱਕ ਦੂਜੇ ਦਾ ਇੱਕ ਗੱਡੀ ਦਾ ਉਸੇ ਮਾਡਲ ਦਾ ਕਰੈਂਕ ਦੂਜੀ 'ਚ ਆ ਸਕਦੀ ਹੈ, ਹਰ ਪੁਰਜਾ ਆ ਸਕਦਾ। ਪਰ ਦੂਈ ਕੰਪਨੀ ਦਾ ਦੂਈ ਕੰਪਨੀ 'ਚ ਕਿਵੇਂ ਆ ਜਾਊਗਾ, ਉਹਨਾਂ ਦੀ ਕੰਪਨੀ ਹੋਰ। ਗੱਲ ਆ ਹੈ ਸਿਰਫ ਇੱਥੇ ਕਿ ਗੁਰਮਤ ਵੱਖਰੀ ਮਤ ਹੈ, ਨਿਆਰੀ ਮਤ ਹੈ, ਇਹਦਾ ਕੁਛ ਵੀ ਦੂਏ ਧਰਮਾਂ ਦੇ ਨਾਲ ਫਿੱਟ ਨਹੀਂ ਆਉਂਦਾ। ਪੁਰਜਾ ਧਰਮ ਉਹੀ ਨੇ, ਪਿਸਟਨ ਵੀ ਹੈ, ਕਰੈਂਕ ਵੀ ਹੈ, ਹੈੱਡ ਵੀ ਹੈ, ਬਲੌਕ ਵੀ ਹੈ, ਇਵੇਂ ਰਾਮ ਵੀ ਹੈ, ਕ੍ਰਿਸ਼ਨ ਵੀ ਹੈ, ਚੰਡੀ ਵੀ ਹੈ, ਦੁਰਗਾ ਵੀ ਹੈ, ਜਪ ਵੀ ਹੈ, ਤਪ ਵੀ ਹੈ, ਸਿਮਰਨ ਵੀ ਹੈ, ਸਾਰੇ ਲਫ਼ਜ਼ ਉਹੀ ਨੇ, ਨਾਂ ਉਹੀ ਨੇ, ਪਰ ਇਹਨਾਂ ਦੀ ਇਹ ਹੋਰ ਚੀਜ਼ ਹੈ, ਉਹਨਾਂ ਦਾ ਹੋਰ ਚੀਜ਼ ਹੈ। ਨਾਮ ਵੀ ਹੈ, ਇਸ਼ਨਾਨ ਵੀ ਹੈ, ਦਾਨ ਵੀ ਹੈ, ਉਹਨਾਂ ਦੇ ਹੋਰ ਨੇ, ਮਾਇਆਧਾਰੀਆਂ ਦੇ ਹੋਰ ਨੇ, ਇਹ ਨਿਰਾਕਾਰੀਆਂ ਦੇ ਹੋਰ ਨੇ, ਉਹ ਮਾਇਆਧਾਰੀ ਮਤਾਂ ਨੇ। ਬਸ ਇੱਥੋਂ ਫਰਕ ਆ ਇਸ ਗੱਲ ਦਾ, ਫਰਕ ਇੱਥੋਂ ਸਮਝਣ ਵਾਲੀ ਗੱਲ ਹੈ। ਰਲ ਗੱਡ ਕਿਵੇਂ ਕਰ ਦੋਗੇ ਤੁਸੀਂ, ਕਿਵੇਂ ਹੋ ਜੂ ਰਲ ਗੱਡ? ਡਰੀ ਜਾਂਦੇ ਨੇ ਸਮਾਂ ਹਿੰਦੂਆਂ ਦੇ, ਲਓ ਜੀ ਹਿੰਦੂ ਖਾ ਜਾਣਗੇ ਤੁਹਾਨੂੰ। ਅਸਲ 'ਚ ਪੱਲੇ ਹੀ ਕੁਛ ਨਹੀਂ ਹੈ, ਪੱਲੇ ਹੀ ਉਹਨਾਂ ਲੋਕਾਂ 'ਤੇ ਕੁਛ ਨਹੀਂ ਹੈ। ਨਾਨਕ ਦਾ ਕੀ ਖਾ ਗਿਆ? ਇਕੱਲਾ ਹੀ ਫਿਰਦਾ ਤਾ ਸ਼ੇਰ ਨੂੰ ਫਿਰਦਾ ਰਿਹਾ, ਕੀ ਖਾ ਗਏ? ਡਰਦੇ ਅਤੇ ਕੰਬਦੇ ਅਤੇ ਜਿੱਥੇ ਆ ਜਾ ਵੜਦਾ ਸੀ, ਇੱਧਰ ਗਿਆ ਤਾਂ ਪਹਿਲਾਂ ਹੀ ਕੰਬ ਗਏ ਜਾ ਕੇ ਮੁਸਲਮਾਨ ਦੇਸ਼ ਦੇ ਵਿੱਚ, ਪੱਛਮ ਦੇ ਵਿੱਚ, ਵੀ ਨਾਨਕ ਨੂੰ ਨਹੀਂ ਕਿਸੇ ਨੇ ਜਿੱਤ ਸਕਣਾ। ਤਾਂ ਹੀ ਲਿਆਇਆ ਨਾ ਪਾਣੀ ਦਾ ਭਰ ਕੇ, ਵੀ ਇੱਥੇ ਤਾਂ ਪਹਿਲੇ ਮਹਾਰਾਜ ਸੰਤ ਬਹੁਤ ਨੇ, ਵੀ ਸਾਨੂੰ ਸਾਡੀ ਸੰਗਤ ਨੂੰ ਹਲਾ ਦੀ ਕਿਤੇ, ਸਾਰਿਆਂ ਦੀ ਨੂੰ ਸਾਡੀ ਮਾਨਤਾ ਘੱਟ ਜਾਏ। ਉਹ ਕਹਿੰਦਾ ਮੈਂ ਮਾਨਤਾ ਨਹੀਂ ਕਹਿ ਦੇ ਘਟਾਉਣਾ, ਮੈਂ ਮਾਨਤਾ ਘਟਾਉਣ ਨਹੀਂ ਆਇਆ, ਮੈਂ ਤੁਹਾਡੀ ਸੰਗਤ ਨਹੀਂ ਲੈਣ ਆਇਆ, ਤੁਹਾਨੂੰ ਸਮਝਾਉਣ ਆਇਆ ਵੀ ਤੁਸੀਂ ਜਿੱਥੇ ਖੜ੍ਹੇ ਉੱਥੋਂ ਕਹਾਂ ਚੱਲੋ। ਇਹਨਾਂ ਨੂੰ ਆਪ ਹੀ ਪਾਰ ਜਾਓ, ਇਹਨਾਂ ਨੂੰ ਵੀ ਪਾਰ ਲਓ, ਬੇੜਾ ਤੁਹਾਡਾ ਹੀ ਰਹੂਗਾ, ਪਾਰ ਤੁਸੀਂ ਉਹ ਕਰਨਾ ਹੈ। ਪਰ ਅਰ ਵਿਚਾਲੇ ਲਈ ਖੜ੍ਹੇ ਹੋ, ਆਪ ਵੀ ਡੁੱਬ ਜਾਓਗੇ, ਇਹਨਾਂ ਨੂੰ ਵੀ ਡੋਬ ਲਓਗੇ, ਗਾਹਾਂ ਤੋਰ ਲਓ ਬੇੜੇ ਨੂੰ। ਮੈਂ ਤੁਹਾਨੂੰ ਦੱਸਣ ਆਇਆ ਮੈਂ ਕੀ ਕਰਨਾ ਸੰਗਤ 'ਤੇ, ਮੈਂ ਕੀ ਕਰਾਉਣਾ। ਸੰਗਤ ਤਾਂ ਸਭ ਪਰਮੇਸ਼ਰ ਦੀ ਹੈ, ਪਰ ਉਹ ਆਪਣੀ ਆਪਣੀ ਬਣਾਈ ਬੈਠੇ ਨੇ। ਬੇਸਿਕ ਫਰਕ ਇੱਥੋਂ ਹੁੰਦਾ ਇਹ ਮਤਾਂ ਦਾ, ਪਰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਕਿਸੇ। ਨਾਨਕ ਗੁਰਮੁਖੀ ਖਸਮ ਪਛਾਤਾ, ਨਾਨਕ ਗੁਰਮੁਖੀ ਖਸਮ ਪਛਾਤਾ, ਇਸ ਕਰਕੇ ਗੁਰਮੁਖ ਜਿਹੜੇ ਨੇ ਉਹਨਾਂ ਨੇ
ਸੱਚ ਨੂੰ ਪਛਾਣ ਲਿਆ। ਖਸਮ ਕੀ ਹੈ? ਸੱਚ। ਇਹ ਸੱਚ ਸਭਨਾ ਕਾ ਖਸਮ ਹੈ। ਨਾਨਕ ਗੁਰਮੁਖੀ ਖਸਮ ਪਛਾਤਾ, ਸੱਚ ਤੱਕ ਪਹੁੰਚ ਗਏ, ਸੱਚ ਆਦਿ ਸੱਚ ਤੱਕ ਪਹੁੰਚ ਗਏ, ਸੱਚ ਪਛਾਣ ਲਿਆ ਉਹਨਾਂ ਨੇ। ਸੱਚ ਸਾਡੀ ਆਤਮਾ ਦਾ ਮੂਲ ਹੈ, ਸੱਚ ਤੋਂ ਹੀ ਪੈਦਾ ਹੋਈ ਹੋਈ ਹੈ, ਸੱਚ ਵੀ ਵਿਛੜੀ ਹੋਈ ਹੈ। ਸੱਚ ਖੰਡ ਵਿੱਚ ਨਿਰਾ ਹੀ ਸੱਚ ਹੈ। ਜਿੱਥੇ ਸੱਚ ਖੰਡ ਹੈ ਨਾ, ਉੱਥੇ ਕੀ ਹੈ? ਸਟੋਰ ਹੈ ਸੱਚ ਦਾ, ਸੱਚ ਦਾ ਖਜ਼ਾਨਾ ਹੈ ਸੱਚ ਖੰਡ। ਸੱਚ ਖੰਡ 'ਚੋਂ ਅਸੀਂ ਵਿਛੜ ਕੇ ਡਿੱਗੇ ਥੱਲੇ, ਸੱਚ ਖੰਡ ਪਛਾਣ ਲਿਆ ਜਾਂ ਸੱਚ ਪਛਾਣ ਲਿਆ? ਸੱਚ ਪਛਾਣ ਲਿਆ, ਸੱਚ ਖੰਡ ਨਾਲ ਜੁੜ ਗਿਆ। ਸੱਚ ਕਿਸੇ ਨੇ ਨਹੀਂ ਹੋਰ ਪਛਾਣਿਆ, ਕੋਈ ਵਿਆਖਿਆ ਸੱਚ ਦੀ ਨਹੀਂ ਕਰ ਰਿਹਾ, ਸੱਚ ਦੀ ਵਿਆਖਿਆ ਨਹੀਂ ਕਰ ਰਿਹਾ। ਸੱਚ ਦੀ ਵਿਆਖਿਆ ਕੌਣ ਕਰੂਗਾ? ਕਿਉਂ ਕਹਿਤਾ ਵੀ ਕਿਉਂ ਨਹੀਂ ਕਰ ਰਿਹਾ? ਆਤਮਾ ਜਿਹੜੀ ਹੈ ਇਹ ਸੱਚ ਦੀ ਅਣਸ ਹੈ। ਆਤਮ ਦਰਸ਼ਨ ਨਹੀਂ ਕੋਈ ਗ੍ਰੰਥ ਕਰਾ ਰਿਹਾ। ਇੱਕ ਆਤਮਾ ਸਰੀਰ 'ਚ ਆਈ ਹੈ, ਉਹਦੀ ਹਿਸਟਰੀ ਦੱਸ ਰਿਹਾ, ਉਹਨੇ ਕੀ ਕੀਤਾ, ਕ੍ਰਿਸ਼ਨ ਨੇ ਕੀ ਕੀਤਾ ਆਪਣੀ ਜ਼ਿੰਦਗੀ 'ਚ, ਰਾਮ ਚੰਦਰ ਨੇ ਕੀ ਕੀਤਾ ਆਪਣੀ ਜ਼ਿੰਦਗੀ 'ਚ, ਉਹਦੀ ਜ਼ਿੰਦਗੀ ਦਾ ਵਰਤਾਂਤ ਦੱਸ ਰਿਹਾ। ਉਹਦਾ ਉਹਦੀ ਸਾਖੀ ਹੈ, ਕਹਾਣੀ ਉਹਦੀ ਜ਼ਿੰਦਗੀ ਦੀ, ਇੱਕ ਥੋੜ੍ਹੇ ਜਿਹੇ ਪੀਰੀਅਡ ਦੀ। ਇਹੋ ਜਿਹੇ ਤਾਂ ਉਹਨੇ ਅਨੇਕਾਂ ਜੂਨੀਆਂ ਭੁਗਤੀਆਂ ਨੇ ਪਹਿਲਾਂ, ਤੁਸੀਂ ਇੱਕ ਜੂਨੀ ਦੀ ਗੱਲ ਕਰ ਰਹੇ ਹੋ, ਨਾਲੇ ਕਹਿੰਦਾ 84 ਲੱਖ ਜੂਨ ਹੈ। 84 ਲੱਖ ਜੂਨ 'ਚ ਵੀ ਤਾਂ ਫਿਰ ਕੇ ਆਇਆ ਰਾਮਚੰਦਰ, ਉਹ ਵੀ ਦੱਸੋ, ਉਹਦੀਆਂ ਪਿਛਲੀਆਂ ਜੂਨੀਆਂ ਬਾਰੇ ਵੀ ਦੱਸੋ। ਜੇ ਰਾਜਾ ਰਾਮ ਕੀ ਕਹਾਣੀ ਦੱਸਣਾ, ਸਾਰੀਆਂ ਜੂਨੀਆਂ ਦੱਸੋ। ਔਰ ਇਹ ਤੋਂ ਬਾਅਦ ਹੁਣ ਕਿੱਥੇ ਗਿਆ ਉਹ, ਸਾਰੀ ਦੱਸੋ ਕਹਾਣੀ। ਜੇ ਰਾਜਾ ਰਾਮ ਕੀ ਗੁਰਬਾਣੀ ਰਾਜਾ ਰਾਮ ਕੀ ਕਹਾਣੀ ਹੈ, A to Z ਦੱਸਦੀ ਹੈ ਕਿਵੇਂ ਅੱਡ ਹੋਇਆ। ਤ੍ਰੇਤੇ ਜਾ ਕੇ ਤ੍ਰਿਤੀਏ ਮੈਂ ਕੁਛ ਭਿਆ ਦਿੱਤੇੜਾ, ਪ੍ਰਥਮੇ ਵਸਿਆ ਸਤਕਾ ਖੇੜਾ, ਉੱਥੋਂ ਸ਼ੁਰੂ ਕਰਦੀ ਹੈ। ਪ੍ਰਥਮੇ ਵਸਿਆ ਸਤਕਾ ਖੇੜਾ, ਤ੍ਰਿਤੀਏ ਮੈਂ ਕੁਛ ਭਿਆ ਦਿੱਤੇੜਾ, ਦੁਤੀਆ ਅਰਧੋ ਅਰਧ ਸਮਾਨਾ, ਇਹ ਰਹਿ ਤਾਂ ਇੱਕੋ ਜਨ ਚਾਰੇ ਯੁੱਗ ਦੱਸਦੇ ਇਹਦੇ ਵਿੱਚ, ਚਾਰੇ ਯੁੱਗਾਂ ਦੀ ਗੱਲ ਕਰਦੀ। ਹੋਰ ਕੌਣ ਦੱਸਦਾ ਇਹ ਗੱਲ? ਰਮਾਇਣ ਦੱਸਦੀ ਹੈ। ਇਸ ਕਰਕੇ ਮਤ ਵੱਖਰੀ ਹੈ, ਇਹ ਆਤਮਾ ਦੀ ਗੱਲ ਕਰ ਰਹੀ ਹੈ, ਸਿਰਫ ਸਰੀਰ ਦੀ ਨਹੀਂ ਕਰ ਰਹੀ। ਅਸੀਂ ਫਿਰ ਸਰੀਰ 'ਤੇ ਲਿਆ ਕੇ ਖੜੀ ਕਰਤੀ ਸਾਖੀਓ, ਇਤਿਹਾਸ ਕੌਮਾਂ ਦਾ ਇਤਿਹਾਸ, ਕੌਮਾਂ ਨਹੀਂ ਰਹਿੰਦੀਆਂ, ਕੌਮਾਂ ਕਦੇ ਰਹੀਆਂ ਨੇ? ਕਿੰਨੇ ਕਰੋੜ ਸਾਲ ਹੋ ਗਏ ਸੰਸਾਰ ਨੂੰ? ਇਹ ਪੰਜਾਬ 'ਚ ਕਿੰਨੀਆਂ ਕੌਮਾਂ ਸੀਆਂ ਪਹਿਲਾਂ? 4000 ਸਾਲ ਤੋਂ ਪਹਿਲੀਆਂ ਕੌਮਾਂ ਦੇ ਗਲਾਂ ਕਿੱਥੇ ਨੇ, ਕਿੱਥੇ ਰਹਿ ਗਈਆਂ? ਕੌਮਾਂ ਨਾ ਰਹੀਆਂ ਨੇ ਨਾ ਰਹਿਣਗੀਆਂ, ਕੌਮਾਂ ਨਹੀਂ ਰਹਿੰਦੀਆਂ ਹੁੰਦੀਆਂ। 4000 ਸਾਲ ਤੋਂ ਪਹਿਲਾਂ ਦੱਸੋ ਕਿਹੜੀ ਕੌਮ ਸੀ ਇੱਥੇ? 4000 ਸਾਲ ਨੂੰ ਤੁਸੀਂ ਕਿੱਥੇ ਜਾਓਗੇ ਕੋਈ ਨਹੀਂ ਪਤਾ। ਕਿਹੜੀਆਂ ਗੱਲਾਂ 'ਚ ਫਿਰਦੇ ਨੇ? ਇਹਨਾਂ ਨੂੰ ਤਾਂ ਆਪਣੇ ਪੈਰ ਵੜੀ ਦੀ ਦੇ, ਅਗਲਾ ਪੈਰ ਕਿੱਥੇ ਰੱਖਣਾ ਉਹਦਾ ਇੰਨੀ ਨਗਾਰੀ ਹੈ ਇਹਨਾਂ ਦੀ, ਅਗਲਾ ਪੈਰ ਕਿੱਥੇ ਰੱਖਣਾ, ਅਗਲਾ ਜਨਮ ਕਿੱਥੇ ਹੋਣਾ ਉਹਦਾ ਨਹੀਂ ਪਤਾ, ਪਿਛਲਿਆਂ ਦਾ ਅਗਲਿਆਂ ਦਾ ਗਾਹਾਂ ਕਿੱਥੇ ਪਤਾ ਲੱਗ ਜੂ ਸੱਚ ਖੰਡ ਇਹਨਾਂ ਨੂੰ। ਇਹ ਤਾਂ ਸਾਡੇ ਲੀਡਰ ਨੇ, ਕੌਮਾਂ ਦਾ ਪ੍ਰਚਾਰ ਕਰਨ ਵਾਲੇ, ਕੌਮਾਂ ਦਾ ਪ੍ਰਚਾਰ ਗੁਰਮਤ ਦੇ ਖਿਲਾਫ਼ ਹੈ, ਗੁਰਬਾਣੀ ਦੇ ਖਿਲਾਫ਼ ਹੈ। ਕੌਮਾਂ ਦੇ ਵਿੱਚ ਬੈਰੀ ਬਗਾਨਾ ਹੁੰਦਾ ਹੈ, ਸਾਨੂੰ ਉਪਦੇਸ਼ ਹੈ ਗੁਰਮੁਖਾਂ ਨੂੰ ਕੀ ਹੈ, ਬੈਰ ਵਿਰੋਧ ਗਵਾਵ ਹੈ, ਗੁਰਮੁਖ ਬੈਰ ਵਿਰੋਧ ਗਵਾਵ ਹੈ। ਤੁਸੀਂ ਬੈਰ ਵਿਰੋਧ ਪੈਦਾ ਕਰਦੇ ਹੋ, ਬੈਰ ਵਿਰੋਧ ਜਿਉਂਦਾ ਕਰਦੇ ਹੋ, ਗੜੇ ਹੋਏ ਮੁਰਦੇ ਉਖਾੜਦੇ ਹੋ, ਔਰ ਫਿਰ ਕਹਿੰਦੇ ਅਸੀਂ ਸਿੱਖਾਂ, ਫਿਰ ਕਹਿੰਦੇ ਅਸੀਂ ਸਿੱਖਾਂ। ਤੁਸੀਂ ਸਿੱਖ ਕਿੱਥੇ ਹੋ? ਤੁਸੀਂ ਤਾਂ ਸਿੱਖਾਂ ਦੇ ਦੁਸ਼ਮਣ ਹੋ। ਇਹਨਾਂ ਦੀ ਵਜ੍ਹਾ ਨਾਲੇ ਮੁੰਡੇ ਮਰੇ ਨੇ ਸਾਡੇ, ਇਹ ਲੀਡਰ ਸੀ ਸਾਡੇ, ਇਹਨਾਂ ਨੇ ਜਿਹੜੀ ਹੱਥ ਚੱਕੀ ਸੀ ਨਾ ਉਹਦੀ ਸਾਨੂੰ ਸਜ਼ਾ ਮਿਲੀ ਹੈ। ਤੁਸੀਂ ਗੁਰਮਤ ਦੇ ਵਿੱਚ ਸਾਬਤ ਕਰੋ ਜੋ ਤੁਸੀਂ ਕੀਤਾ, ਚਾਹੇ ਤੁਸੀਂ ਪੰਜਾਬੀ ਸੂਬਾ ਬਣਾਇਆ, ਚਾਹੇ ਤੁਸੀਂ ਹੱਥ ਪੈਦਾ ਕੀਤਾ, ਤੁਸੀਂ ਗੁਰਮਤ 'ਚੋਂ ਸਾਬਤ ਕਰੋ ਵੀ ਅਸੀਂ ਠੀਕ ਕੀਤਾ।
ਜੇ ਗੁਰਬਾਣੀ ਅਨੁਸਾਰ ਠੀਕ ਨਹੀਂ ਤੁਸੀਂ ਧਰੋਹ ਕੀਤਾ ਸਿੱਖੀ ਨੂੰ, ਫਿਰ ਸਿੱਖੀ ਨੇ ਧਰੋਹ ਕੀਤਾ। ਤੁਸੀਂ ਗੱਲ ਕਰਦੇ ਹੋ ਸਿੱਖਾਂ ਦੀ, ਕਰਦੇ ਹੋ ਗੁਰਮਤ ਤੋਂ ਖਿਲਾਫ। ਉਹ ਜਿਹੜੇ ਬਾਕੀ ਬੈਠੇ ਰਹੇ ਚੁੱਪ ਕੀਤੇ, ਉਹ ਪਾਗਲ ਸੀਗੇ। ਪਿੰਡ ਵਾਲਿਆਂ ਨੇ ਕਿਹਨੂੰ ਪੁੱਛ ਕੇ ਸਟੈਂਡ ਲਿਆ ਸੀ ਖਾਲਿਸਤਾਨ ਦਾ? ਪਿਓ ਲੱਗਦਾ ਸੀ ਸਾਰੀ ਸਿੱਖ ਮਾਲਕ ਸੀ ਉਹ ਸਾਰਿਆਂ ਦਾ, ਉਹਨੂੰ ਕੀ ਹੱਕ ਸੀ ਸਾਰੀ ਕੌਮ ਦਾ ਫੈਸਲਾ ਲੈਣ ਦੀ? ਕਿਵੇਂ ਲੈ ਸਕਦਾ ਸੀ ਸਾਰਿਆਂ ਦਾ ਫੈਸਲਾ? ਉਹ ਇਕੱਲੇ ਨਹੀਂ, ਬੰਦੇ ਮਰਵਾ ਕੇ ਰੱਖਦੇ ਅੰਦਰੋਂ। ਗੱਲ ਕੋਈ ਸ਼ਰਾਰਤ ਹੋਰ ਸੀ, ਰਲਿਆ ਹੋਇਆ ਹੋਰ ਕਿਤੇ ਸੀ, ਲੋਕਾਂ ਨੂੰ ਕੁਛ ਹੋਰ ਕਹਿੰਦਾ ਸੀ। ਹੁਣ ਤਾਂ ਸਾਰੀ ਗੱਲ ਜਾ ਰਹੇ ਹੋ ਗਈ, ਕੀ ਕਰਦੇ ਰਹੇ ਨੇ, ਕੀ ਨੁਕਸਾਨ ਹੋਇਆ ਨਾ? ਉਦੋਂ ਤੋਂ ਇਹ ਆਪਣੇ ਸਾਰੇ ਦੋ ਨੰਬਰ ਦੇ ਸਿੱਖ, ਜਦੋਂ ਤੋਂ ਰਾਜ ਕਰੇਗਾ ਖਾਲਸਾ ਆ ਗਿਆ ਨਾ, ਉਦੋਂ ਤੋਂ ਸਾਰੇ ਸਿੱਖੀ ਵਿਰੋਧੀ ਵਿੱਚ ਆਉਣੇ। ਇਹ ਉਹ ਲੋਕ ਨੇ ਜਿਹੜੇ ਉਦੋਂ ਦੀਆਂ ਸਰਕਾਰਾਂ ਨਾਲ ਰਲੇ ਹੋਏ ਤੇ ਸਿੱਖਾਂ ਦੇ ਵਿਰੁੱਧ, ਧੀਰ ਮੱਲੀਏ, ਰਾਮ ਰਈਏ, ਜਿੰਨੇ ਸੀ ਨਾ ਵਿਰੋਧੀ, ਸਾਰੇ ਹੀ ਸਿੱਖੀ 'ਚ ਆਵੜੇ। ਇਹਨਾਂ ਦੇ ਖੂਨ 'ਚ ਵਿਰੋਧ ਤਾਂ ਹੈ, ਖੂਨ ਦੇ ਵਿੱਚ ਹੀ ਵਿਰੋਧ ਹੈ ਸਿੱਖੀ ਤੋਂ। ਗੁਰੂ ਨਾਲ ਤਾਂ ਅੱਡੇ ਜ਼ਰੂਰ ਸੀਗੇ, ਥੋੜ੍ਹੇ ਜਿਹੇ ਸੀ, ਕਿੰਨੇ ਕੁ ਸੀ, ਉਹ ਚੁੱਪ ਹੋ ਗਏ, ਦੇਖਦੇ ਰਹੇ। ਰਾਜ ਹੋ ਗਿਆ ਰਣਜੀਤ ਸਿੰਘ ਦਾ, ਗੁਰਦੁਆਰਿਆਂ ਪ੍ਰਕਾਰ ਮਜ਼ਬੂਰਤੀਆਂ ਲੱਗ ਗਈਆਂ। ਰਾਜ ਖਾਲਸੇ ਦਾ ਹੋਵੇ, ਪ੍ਰਕਾਰ ਮਜ਼ਬੂਰਤੀਆਂ ਜਾਣ। ਇਹਨਾਂ ਨੇ ਜੋ ਕੀਤਾ ਹਿਸਟਰੀ ਹੈ, ਹੁਣ ਇਹਨੂੰ ਮਿਟਾ ਨਹੀਂ ਸਕਦੇ। ਇਹ ਸਭ ਇਹਨਾਂ ਦੇ ਸਾਹਮਣੇ ਜੋ ਕੀਤਾ, ਇਹ ਹੁਣ ਸਮਾਂ ਆ ਗਿਆ ਇਹਨਾਂ ਦਾ ਹਾਰ ਗੁੰਦਿਆ ਹੋਇਆ ਇਹਨਾਂ ਦੇ ਗਲ 'ਚ ਪਾਉਣ ਦਾ। ਇਹਨਾਂ ਦਾ ਹਾਰ ਇਹਨਾਂ ਦੇ ਗਲ 'ਚ ਪਾਉਣਾ, ਜੋ ਇਹਨਾਂ ਨੇ ਬੀਜੇ ਨਾ ਬਾੜੀ ਫੁੱਲ, ਜੋ ਖੇਤੀ ਕੀਤੀ ਹੈ ਸਿੱਖੀ ਦੀ, ਹੁਣ ਥਾਈ ਉਹਦੇ ਫੁੱਲ ਤੋੜ ਕੇ ਹਾਰ ਬਣਾ ਕੇ ਇਹਨਾਂ ਦੇ ਗਲ 'ਚ ਪਾਉਣ, ਹੋਰ ਕੁਛ ਨਹੀਂ ਕਰਨਾ। ਤੁਸੀਂ ਜਿਹੜਾ ਅੱਜ ਥਾਈ ਖੇਤੀ ਕੀਤੀ ਹੈ ਸਿੱਖੀ ਦੀ, ਬਗੀਚੀ ਬਾੜੀ ਲਾਈ ਹੈ ਨਾ, ਉਹ ਜਿਹੜੇ ਫੁੱਲ ਪੈਦਾ ਹੋਏ ਨੇ, ਫਲ ਪੈਦਾ, ਫਲ ਤਾਂ ਚੱਖ ਲਏ ਲੋਕਾਂ ਨੇ, ਸਵਾਦ ਬਥੇਰਾ ਚੱਖ ਲਿਆ, ਆ ਫੁੱਲ ਜਿਹੜੇ ਨੇ ਨਾ, ਉਹਦਾ ਹਾਰ ਪਾ ਲੈਣ ਇਹਨਾਂ ਦੇ ਗਲ 'ਚ, ਪਤਾ ਲੱਗ ਜੂ ਸਾਰਿਆਂ ਨੂੰ ਕੀ ਹੈ। ਪਤਾ ਹੀ ਹੈ ਹੁਣ, ਕਿਸੇ ਨੂੰ ਭੁੱਲਦਾ ਕਿਸੇ ਨੂੰ ਹੈ ਨਹੀਂ, ਸਾਰੇ ਜਾਣਦੇ ਹੀ ਨੇ। ਹਾਂ।